जस टीवी देख रहे हो तुसीं, मैं केपी सिंह तुहाड़ा स्वागत करदा। बेअदबी ते गोलीकांड तक पंजाब दी सियासत विच बहुत कुछ होया ते हुण मिशन 2019 अगे हैगा ते हुण कुछ होर खबरां आउणियां शुरू हो गईआं। इन्हां खबरां दा इशारा मिशन 2019 नाल जोड़ के देखे जावे कि ना देखे जावे, सवाल इत्थे आ के नहीं रुकता। सवाल इत्थे आ के रुकता कि इस मामले दे विच चलान कदों पेश किया जाएगा ते चलान दे विच कहिंदे कहिंदे नाम होणगे, इह सवाल इत्थे आ के रुकता हैगा। जसी रणजीत सिंह कमिशन दी रिपोर्ट तों बाद SIT दे गठन तक उस तों बाद की कुछ होया, अदालत दे विच पुलिस अफसरां तों लै के ਸਿਆਸਤਦਾਨਾਂ ਤੱਕ ਸਾਰਿਆਂ ਨੇ ਤਰੀਕਾਂ ਭੁਗਤੀਆਂ ਹੈਗੀਆਂ ਅਤੇ ਇਹਨਾਂ ਤਰੀਕਾਂ ਭੁਗਤਣ ਦੇ ਵਿਚਾਲੇ ਇੱਕ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈਗੀ ਹੈ ਕਿ ਬਲਾਤਕਾਰੀ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਹ ਇਸ਼ਾਰਾ SIT ਵੱਲੋਂ ਕਰ ਦਿੱਤਾ ਗਿਆ ਹੈਗਾ। ਇਸ ਸਵਾਲ ਕਿਉਂ ਪੁੱਛਾਂਗੇ, ਬਲਾਤਕਾਰੀ ਰਾਮ ਰਹੀਮ ਕੀ ਖੋਲੇਗਾ ਰਾਜ? ਪੰਜ ਤਸਵੀਰਾਂ ਦੇ ਨਾਲ ਆਗਾਜ਼ ਕਰਾਂਗੇ ਅੱਜ ਦੀ ਡਿਬੇਟ ਦਾ। ਪੰਜ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ। ਮਨਤਾਰ ਬਰਾੜ ਜਿਹੜੇ ਸਾਬਕਾ ਪਾਰਲੀਮਾਨੀ ਸਕੱਤਰ ਆ, ਕੋਟਪੁਰਾ ਤੋਂ ਸਾਬਕਾ ਵਿਧਾਇਕ ਨੇ ਮਨਤਾਰ ਸਿੰਘ ਬਰਾੜ, ਉਹਨਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਆ ਜਿਹੜੀ ਫਰੀਦਕੋਟ ਸੈਸ਼ਨ ਕੋਰਟ ਨੇ ਖਾਰਜ ਕਰ ਦਿੱਤੀ ਹੈਗੀ ਆ। ਅਤੇ ਸਾਬਕਾ SSP ਚਰਨਜੀਤ ਸ਼ਰਮਾ ਦੀ ਤਸਵੀਰ ਤੁਸੀਂ ਦੇਖ ਰਹੇ ਹੋ, ਇਹਨਾਂ 'ਤੇ ਦੋਹਰੀ ਤਲਵਾਰ ਆ ਜਿਹੜੀ ਲਟਕੀ ਹੈਗੀ ਆ, ਅਤੇ ਦੋਹਰੀ ਤਲਵਾਰ ਦੇ ਵਿਚਾਲੇ ਇਹਨਾਂ 'ਤੇ ਕੋਟਪੁਰਾ ਗੋਲੀਕਾਂਡ ਵਿੱਚ ਵੀ ਇਹਨਾਂ ਨਾਮਜ਼ਦ ਕਰ ਲਿਆ ਗਿਆ ਹੈਗਾ। ਤੀਜੀ ਤਸਵੀਰ ਤੁਸੀਂ ਦੇਖ ਰਹੇ ਹੋ, ਰਾਮ ਰਹੀਮ ਨਾਲ ਵੀ ਤਾਰੇ ਦੇ ਜਿਹੜੇ ਜੁੜੇ ਹੋਏ ਸੀ ਪਹਿਲਾਂ, ਉਹਨਾਂ ਨੂੰ ਪੁਖਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ। SIT ਨੇ ਇਸ਼ਾਰਾ ਕਰ ਦਿੱਤਾ ਹੈਗਾ ਕਿ ਰਾਮ ਰਹੀਮ ਰਾਜ ਖੋਲ੍ਹੇਗਾ ਅਤੇ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਉਸ ਦੇ ਲਈ ਉਹਨਾਂ ਜਿਹੜੀ ਕਾਨੂੰਨੀ ਪ੍ਰਕਿਰਿਆ ਹੈਗੀ ਆ ਅਦਾਲਤ ਤੋਂ, ਕਿਉਂਕਿ ਰਾਮ ਰਹੀਮ ਇਸ ਵਕਤ ਜੇਲ੍ਹ ਵਿੱਚ ਹੈਗਾ, ਬਲਾਤਕਾਰੀ ਅਤੇ ਕਾਤਲ ਰਾਮ ਰਹੀਮ। ਅਤੇ ਇੱਕ ਤਸਵੀਰ ਤੁਸੀਂ ਦੇਖ ਰਹੇ ਹੋ, ਪਰਮਰਾਜ ਉਮਰਾਨ ਨੰਗਲ ਜਿਹੜੇ ਮੁਅੱਤਲ IG ਨੇ, ਅਤੇ ਉਹਨਾਂ ਨੂੰ ਹਾਈਕੋਰਟ ਨੇ ਤਲਬ ਕੀਤਾ ਕਿਉਂਕਿ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਕਿ ਉਮਰਾਨ ਨੰਗਲ ਦੇ ਬਾਰੇ ਜਿਹੜੀ ਜ਼ਮਾਨਤ ਅਰਜ਼ੀ ਹੈਗੀ ਹੈ ਉਸ ਬਾਰੇ ਪੰਜਾਬ ਸਰਕਾਰ ਦਾ ਪੱਖ ਕਿਉਂ ਨਹੀਂ ਲਿਆ ਗਿਆ ਹੈਗਾ। 2015 ਤੋਂ ਹੁਣ ਤੱਕ ਇਹ ਸਾਰੀਆਂ ਅਪਡੇਟਸ ਆ ਜਿਹੜੀਆਂ ਲਗਾਤਾਰ ਆ ਰਹੀਆਂ ਹੈਗੀਆਂ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸਵਾਲ ਕਿਉਂ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਇਸ ਡਿਬੇਟ ਦੇ ਵਿੱਚ, ਬਹਿਬਲ ਕਲਾਂ ਤੋਂ ਕੋਟਪੁਰਾ ਗੋਲੀਕਾਂਡ ਤੱਕ ਦੀ ਜਾਂਚ ਨਾਲ ਵੋਟਾਂ ਕਿਉਂ ਜੋੜੀਆਂ ਜਾ ਰਹੀਆਂ ਨੇ? ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡੇ ਨਾਲ ਇੱਥੇ ਮੌਜੂਦ ਹੈ ਸਟੂਡੀਓ ਦੇ ਵਿੱਚ, ਉਹਨਾਂ ਦਾ ਤਾਰਫ ਕਰਾ ਰਿਹਾ। ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦਾ ਬੁਲਾ ਰਹੇ ਆ, ਬਰਾੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਰਾਜੀਵ ਖਦਾਰਾ ਸੀਨੀਅਰ ਐਡਵੋਕੇਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਗੁਦਾਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਕਿਉਂਕਿ ਕਾਨੂੰਨ ਦੀਆਂ ਬਰੇਕੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਮੇਜਰ AP ਸੁਨਵਾਰੀਆ ਭਾਰਤੀ ਜਨਤਾ ਪਾਰਟੀ ਦੇ ਬੁਲਾ ਰਹੇ, ਸੁਨਵਾਰੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਕੁੰਵਰ ਉਦੈ ਸਿੰਘ ਰਾਠੌਰ ਕਾਂਗਰਸ ਦੇ ਬੁਲਾ ਰਹੇ ਆ, ਰਾਠੌਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਨਵਦੀਪ ਸੰਘਾ ਆਮ ਆਦਮੀ ਪਾਰਟੀ ਬੁਲਾ ਰਹੇ, ਸੰਘਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾ ਰਹੇ, ਪੀਰ ਮੁਹੰਮਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਚਰਨਜੀਤ ਸਿੰਘ ਬਰਾੜ ਤੁਹਾਨੂੰ ਕਰਨਾ ਚਾਹੁੰਗਾ। ਚਰਨਜੀਤ ਸਿੰਘ ਬਰਾੜ, SIT ਤੇ ਤੁਸੀਂ ਵਾਰ ਵਾਰ ਸਵਾਲ ਕੋਲ ਚੱਕਦੇ ਪਏ ਹੈਗੇ ਹੋ, ਮੇਰਾ ਸਵਾਲ ਇਸ ਕਰਕੇ ਹੈ ਕਿਉਂਕਿ ਖੁਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਕੇ ਇਹ ਕਹਿੰਦੇ ਆ ਕਿ ਜਿੱਥੇ ਵੀ SIT ਬੁਲਾਓ ਕਿ ਗ੍ਰਿਫਤਾਰ ਕਰੇ, ਉਹਨਾਂ ਨੂੰ ਤਕਲੀਫ ਕਰਨ ਦੀ ਲੋੜ ਨਹੀਂ, 5 ਮਿੰਟ ਵਿੱਚ ਹਾਜ਼ਰ ਹੋ ਜਾਵਾਂਗੇ, 5 ਮਿੰਟ 'ਚ ਇੱਥੋਂ ਤੁਰ ਪਵਾਂਗਾ, ਅਤੇ ਹੁਣ ਤੁਸੀਂ ਪਲਟ ਕਿਉਂ ਰਹੇ? KP ਜੀ, ਮੈਂ ਇੱਕ ਬੇਨਤੀ ਕਰਦੇ ਹਾਂ ਕਿ ਜਦੋਂ ਮਨਸ਼ਾ ਜਿਹੜੀ ਕਲੀਅਰ ਹੋ ਜਾਏ ਨਾ, ਉਦੋਂ ਬਾਅਦ ਇਹ ਜਵਾਬ ਬਣਦਾ ਹੀ ਸੀਗਾ ਜਿਹੜਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਦਿੱਤਾ, ਔਰ ਅਸੀਂ ਉਸ ਸਵਾਲ 'ਤੇ ਅੱਜ ਵੀ ਕਾਇਮ ਹੈ ਕਿ ਜੇ ਉਹਨਾਂ ਨੂੰ ਇਕੱਲੇ ਗ੍ਰਿਫਤਾਰ ਕਰਨ ਨਾਲ ਕੋਈ ਮਤਲਬ ਪੂਰਤੀ ਹੁੰਦੀ ਹੈ ਤਾਂ ਕੋਈ ਸਾਨੂੰ ਇਸ ਗੱਲ 'ਤੇ ਇਤਰਾਜ਼ ਨਹੀਂ ਹੈ, ਇੱਕ ਗੱਲ। ਦੂਜੇ ਪਾਸੇ ਮੈਂ ਬੇਨਤੀ ਕਰਦਾ ਜੇ ਥੋੜ੍ਹਾ ਜਿਹਾ ਬੈਕਗ੍ਰਾਊਂਡ 'ਤੇ ਜਾਈਏ, ਮੈਂ ਇੱਕ 2 ਲਾਈਨਾਂ 'ਚ ਹੀ ਸਾਰੀ ਗੱਲ ਨਿਪਟਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਹੀ ਸਾਰੀ ਕਾਂਗਰਸ ਪਾਰਟੀ ਅਤੇ ਖਾਸ ਕਰਕੇ ਵਿਰੋਧੀ ਸੀ ਜਦੋਂ ਉਦੋਂ ਤਾਂ CBI ਦੀ ਜਾਂਚ ਮੰਗਦੇ ਸੀ। ਅੱਜ ਚਲੋ 2 ਸਾਲ ਸਰਕਾਰ ਬਦਲ ਗਈ, ਸਰਕਾਰ ਬਦਲਣ ਤੋਂ ਬਾਅਦ 2 ਸਾਲ ਲੰਘ ਗਏ ਅਤੇ ਜਦੋਂ ਇਲੈਕਸ਼ਨ ਨੇੜੇ ਆਉਂਦਾ ਉਦੋਂ ਸਾਡੇ ਵਿਧਾਇਕ ਨੂੰ ਵੀ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ SIT ਨੂੰ ਪੂਰਾ ਸਾਥ ਦਿੱਤਾ ਹੈ, ਜਿੱਥੇ ਜਾ ਕੇ ਉਹਨਾਂ ਨੇ ਬਿਆਨ ਕਿਸੇ ਵੀ ਲੀਡਰ ਨੂੰ ਕਹੇ, ਜਿੰਨੇ ਸਾਡੇ ਲੀਡਰ ਸੀ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਤੋਂ ਲਾ ਕੇ, ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਲਾ ਕੇ, ਡਾਕਟਰ ਦਲਜੀਤ ਚੀਮਾ ਤੋਂ ਲਾ ਕੇ, ਬਾਕੀ ਮਨਤਾਰ ਸਿੰਘ ਬਰਾੜ ਤੋਂ ਲਾ ਕੇ, ਜਾਂ ਹੋਰ ਛੋਟੇ ਵੀ ਜਿੰਨੇ ਵੀ ਬੰਦੇ ਸੀ, ਸਭ ਨੂੰ ਜਿੱਥੇ ਬੁਲਾਇਆ ਸਾਰੇ ਹਾਜ਼ਰ ਹੁੰਦੇ ਰਹੇ ਆ। ਪਰ ਮਤਲਬ ਹੁਣ ਜਿਹੜੀ ਇੱਕ ਗੱਲ ਮਨਤਾਰ ਸਿੰਘ ਬਰਾੜ 'ਤੇ ਦੋਸ਼ ਕੀ ਲਾਇਆ ਕਿ ਉਹਨਾਂ ਨੇ SHO ਨਾਲ ਗੱਲ ਕੀਤੀ ਹੈ, ਉਹਨਾਂ ਨੇ DSP ਨਾਲ ਗੱਲ ਕੀਤੀ ਹੈ, ਉਹਨਾਂ ਨੇ SSP ਨਾਲ ਗੱਲ ਕੀਤੀ ਹੈ? ਅਤੇ ਮੈਂ ਇੱਕ ਗੱਲ, ਸਾਰੇ ਭਾਵੇਂ ਸਾਡੇ ਵਿਰੋਧੀ ਪੈਨਲਿਸਟ ਵੀ ਸਾਰੀਆਂ ਪਾਰਟੀਆਂ ਦੇ ਨੇ, ਮੈਂ ਇਹਨਾਂ ਨੂੰ ਇੱਕ ਗੁਜ਼ਾਰਿਸ਼ ਵੀ ਕਰੂੰ, ਬੇਨਤੀ ਵੀ ਕਰੂੰਗਾ ਕਿ ਜੇ ਪੋਲੀਟੀਕਲ ਲੀਡਰ ਜਿਹੜਾ ਕਿ MLA ਹੈ ਜਾਂ CPS ਹੈ, ਜੇ ਉਹ ਆਪਣੇ SHO SSP DSP ਨਾਲ ਗੱਲ ਕਰਨਾ ਕਰਦਾ ਤੇ ਜੇ ਇਹ ਗੁਨਾਹ ਹੈ ਤਾਂ ਫਿਰ ਅੱਜ ਦੀ ਸਰਕਾਰ ਸਾਰੀ ਗੁਨਾਹ ਕਰੀ ਜਾਂਦੀ ਹੋਣੀ। ਇਹਨਾਂ ਦੇ ਤਾਂ MLA ਵੀ ਤਬਕੇ ਮਾਰੀ ਜਾਂਦੇ ਸਟੇਜ ਪੋਲੀਟੀਕਲ ਹਲਕਿਆਂ ਦੇ ਵਿੱਚ, ਸਿਆਸੀ ਹਲਕਿਆਂ ਵਿੱਚ ਤੁਸੀਂ ਇਹ ਗੱਲ ਕਹਿ ਸਕਦੇ ਹੋ, ਅਦਾਲਤ ਦੇ ਵਿੱਚ ਤੁਹਾਡਾ ਪੱਖ ਕਮਜ਼ੋਰ ਸੀ ਨਾ, ਫਿਰ ਤਾਂ ਹੀ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਹੋਈ ਹੈ? ਨਹੀਂ, ਦੇਖੋ ਕੋਈ ਗੱਲ ਨਹੀਂ, ਅਦਾਲਤ ਕੋਈ ਉਹ ਆਖਰੀ ਅਦਾਲਤ ਨਹੀਂ ਹੈ, ਮਾਨਯੋਗ ਹਾਈਕੋਰਟ ਪਈ ਹੈ, ਮਾਨਯੋਗ ਸੁਪਰੀਮ ਕੋਰਟ ਪਈ ਹੈ, ਜਦੋਂ ਸਰਕਾਰਾਂ ਚੜ੍ਹ ਕੇ ਆਉਂਦੀਆਂ ਤਾਂ ਉਦੋਂ ਕਈ ਵਾਰੀ ਇਹੋ ਜਿਹੇ ਥਾਂ 'ਤੇ ਪ੍ਰਭਾਵਿਤ
ਬਣਾ ਦਿੰਦੀਆਂ ਕਈ ਕਿਸਮ ਦੇ ਕੇਸ ਜਿਹੜੇ ਲੱਗਦਾ ਕਾਨੂੰਨੀ ਪ੍ਰਕਿਰਿਆ ਨੂੰ ਸਰਕਾਰ ਪ੍ਰਭਾਵਿਤ ਕਰ ਰਹੀ ਹੈ 100% ਕਰ ਰਹੀ ਹੈ ਉਹਦਾ ਮੈਂ ਤਾਂ ਸਿੱਧਾ ਸਿੱਧਾ ਲਾ ਰਿਹਾ ਇਹਦੇ 'ਚ ਕੀ ਹੈ ਕਿ ਜਦੋਂ ਪਹਿਲਾਂ ਤਾਂ ਜਦੋਂ ਉਹਨਾਂ ਨੇ ਕਿਹਾ ਕਿ ਮਤਲਬ ਐਂਟੀਸਪੇਟਰੀ ਤੋਂ ਵੀ ਇੱਕ ਪਹਿਲਾਂ ਨੋਟਿਸ ਵਾਲਾ ਕਿਹੜੀ ਉਹ ਧਾਰਾ ਦੇ ਤਹਿਤ ਕਰਦੇ ਆ ਵਕੀਲ ਸਾਹਿਬ ਕਲੀਅਰ ਕਰ ਦੇਣਗੇ ਉਦੋਂ ਭਾਈ ਪਹਿਲਾਂ ਤਾਂ ਮਤਲਬ ਉਹਦੇ ਤੋਂ ਤਰੀਕ ਅੱਗੇ ਪਵਾ ਲਈ ਤੇ ਅਗਲੀ ਤਰੀਕ ਤੇ ਕਹਿੰਦੇ ਜਾ ਕੇ ਕਹਿੰਦੇ ਜੀ ਇਹ ਇਸ ਐਫ ਆਈ ਆਰ ਦੇ ਵਿੱਚ ਇਨਵੋਲਵ ਹੈ ਗਿਆ ਉੱਥੋਂ ਮਨਸ਼ਾ ਸਾਰੀ ਕਲੀਅਰ ਹੈਗੀ ਆ ਔਰ ਸਾਨੂੰ ਮਾਨਯੋਗ ਕੋਰਟ ਦੇ ਉੱਤੇ ਭਰੋਸਾ ਹੈ ਕੋਈ ਐਡੀ ਗੱਲ ਨਹੀਂ ਹੈ ਤਾਂ ਚੱਲਦੇ ਰਹਿੰਦੇ ਆ ਸਰਕਾਰਾਂ ਕਰਦੀਆਂ ਰਹਿੰਦੀਆਂ ਅਦਾਲਤਾਂ ਦੇ ਵਿੱਚ ਜਾ ਕੇ ਗੱਲਾਂ ਜ਼ਰੂਰ ਹਰੇਕ ਨੂੰ ਰਿਲੀਫ ਮਿਲਦਾ ਠੀਕ ਹੈ ਬੀਜੇਪੀ ਦਾ ਕੀ ਤਰਕ ਹੈਗਾ ਬੀਜੇਪੀ ਨੂੰ ਵੀ ਇਹ ਲੱਗਦਾ ਕਿ ਸਾਰਾ ਮਿਸ਼ਨ 2019 ਨਾਲ ਹੀ ਜੋੜ ਕੇ ਦੇਖਿਆ ਜਾਵੇ ਇਸ ਮਾਮਲੇ ਨੂੰ ਦੇਖੋ ਸਭ ਗੱਲ ਨੂੰ ਲੱਗਦਾ ਬਿਲਕੁਲ ਕੇਪੀ ਜੀ ਇਹ ਤਾਂ ਗੱਲ ਬਿਲਕੁਲ ਵਾਜਿਬ ਹੋ ਗਈ ਹੁਣ ਕਿ ਹੁਣ ਜੇ ਕਿ ਐਸਾ ਸੀਬੀਆਈ ਦੀ ਮੰਗ ਕਰ ਰਹੇ ਸੀ ਜਿਹੜੀ ਹੁਣ ਰੂਲਿੰਗ ਪਾਰਟੀ ਹੈ ਉੱਥੋਂ ਨੀਚੇ ਆ ਕੇ ਐਸਆਈਟੀ ਤੇ ਆ ਗਏ ਐਸਆਈਟੀ ਤੇ ਜਿਹਨਾਂ ਵੀ ਸੰਮਨ ਭੇਜੇ ਗਏ ਉਹਨਾਂ ਨੂੰ ਪੂਰਾ ਜੇ ਉਹਦਾ ਇੰਟਨ ਬਟ ਜਦੋਂ ਕਦੇ ਕਦੇ ਉਹਨਾਂ ਦੀ ਇੰਟੈਂਸ਼ਨ ਇੰਨੀ ਖਰਾਬ ਸੀ ਜਦੋਂ ਐਸਆਈਟੀ ਦੀ ਉਹ ਸੰਮਨ ਭੇਜਦੇ ਸੀ ਚਲੋ ਛੱਡਿਓ ਹੁਣ ਐਸਆਈਟੀ ਆਪਣਾ ਕੰਮ ਕਰ ਰਹੀ ਹੈ ਕੋਰਟਾਂ ਆਪਣਾ ਕੰਮ ਕਰ ਰਹੀਆਂ ਨੇ ਤੋ ਇਦਾਂ ਦੀ ਇਹ ਚੀਜ਼ ਉਠਾਉਣਾ ਦੇਖੀਏ ਐਂਟੀਸਪੇਟਲੀ ਐਸਆਈਟੀ ਦਾ ਇਤਰਾਜ਼ ਹੈ ਤੁਹਾਡੇ ਭਾਈ ਵੱਲ ਨੂੰ ਤੁਹਾਨੂੰ ਠੀਕ ਲੱਗਦੀ ਐਸਆਈਟੀ ਜਾਂਚ ਐਸਆਈਟੀ ਜਾਂਚ ਤੁਹਾਨੂੰ ਠੀਕ ਲੱਗਦੀ ਹੈ ਨਾ ਦੇਖੀ ਮੈਂ ਬਹੁਤ ਅਸੀਂ ਕਹਿ ਚੁੱਕੇ ਕਿ ਉਹ ਤਾਂ ਕਲਰਡ ਜਾਂਚ ਹੈ ਉਹਨਾਂ ਦੀ ਬਟ ਅਸੀਂ ਕੋਪਰੇਟ ਕਰ ਰਹੇ ਹਾਂ ਉਹਨਾਂ ਨੂੰ ਪੂਰਾ ਪੂਰਾ ਬਟ ਇਹ ਹੁਣ ਅੱਜ ਐਂਟੀਸਪੇਟਰੀ ਬੇਲ ਰਿਜੈਕਟ ਹੋਈ ਹੈ ਆਕਾਸ਼ ਤਾਂ ਨਹੀਂ ਗਿਰ ਗਿਆ ਦੇਖੀਏ ਬਹੁਤ ਅੱਗੇ ਵੀ ਕੋਰਟਾਂ ਨੇ ਤਾਂ ਸਭ ਕੁਛ ਉਹਨੂੰ ਦੇਖਿਆ ਜਾਊਗਾ ਸਾਡੇ ਕੋਰਟਾਂ 'ਤੇ ਪੂਰਾ ਪੂਰਾ ਵਿਸ਼ਵਾਸ ਹੈ ਔਰ ਇੱਥੇ ਨਿਆਂ ਠੀਕ ਹੈ ਕੁੰਵਰ ਉਦੈ ਸਿੰਘ ਰਾਠੌਰ ਤੁਸੀਂ ਜਾਣ ਬੁੱਝ ਕੇ ਵੋਟਾਂ ਨਾਲ ਸਭ ਕੁਝ ਜੋੜ ਕੇ ਦੇਖ ਰਹੇ ਹੋ ਸਵਾਲ ਤੁਹਾਡੇ 'ਤੇ ਇਸ ਕਰਕੇ ਹੈਗਾ ਕਿ ਹੁਣ ਤੁਸੀਂ ਉਸ ਜਾਂਚ ਨੂੰ ਹੋਰ ਤੇਜ਼ ਕਰਕੇ ਇੱਕ ਪੋਲੀਟੀਕਲ ਪ੍ਰੈਸ਼ਰ ਆ ਜਿਹੜਾ ਉਹ ਅਕਾਲੀ ਦਲ ਭਾਜਪਾ 'ਤੇ ਪਾਉਣਾ ਚਾਹੁੰਦੇ ਕੁੰਵਰ ਸਿੰਘ ਰਾਠੌਰ ਦੇਖੋ ਕੇਪੀ ਜੀ ਮੈਂ ਸਮਝਦਾ ਹਾਂ ਕਿ ਇੰਨਾ ਗੰਭੀਰ ਮਸਲਾ ਸੀ ਔਰ ਇਹ ਸਾਲਾਂ ਤੋਂ ਲਟਕਦਾ ਹੈ ਕਮਿਸ਼ਨ ਪਹਿਲਾਂ ਵੀ ਬਣੇ ਜੋਰਾ ਸਿੰਘ ਕਮਿਸ਼ਨ ਬਣੇ ਐਸਆਈਟੀ ਵੀ ਬਣੀ ਔਰ ਕਮਿਸ਼ਨਾਂ ਦੀ ਰਿਪੋਰਟਾਂ ਜਿਹੜੀਆਂ ਉਹ ਆਈਆਂ ਨਹੀਂ ਉਹ ਜਨਤਕ ਹੋਣ ਨਹੀਂ ਦਿੱਤੀ ਸਿੰਘ ਰਾਠੌਰ ਬੜਾ ਸਵਾਲ ਸਿੰਪਲ ਹੈ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕਰਦੇ ਪਏ ਹੋ ਤੁਸੀਂ ਅਗਰ ਪੋਲੀਟੀਕਲ ਮਾਈਲੇਜ ਮੈਂ ਕਹਿੰਦਾ ਕਿ ਜਿਹੜੀ ਲੋਕਾਂ ਦੀ ਭਾਵਨਾਵਾਂ ਉਹ ਭਾਵਨਾਵਾਂ ਦੇ ਤਹਿਤ ਜੋ ਕਾਰਵਾਈਆਂ ਹੋ ਰਹੀਆਂ ਔਰ ਕਾਨੂੰਨ ਦੇ ਦਾਇਰੇ ਦੇ ਅੰਦਰ ਹੋ ਰਹੀਆਂ ਜਾਂਚ ਦਾ ਵਿਸ਼ਾ ਹੈ ਜਾਂਚ ਚੱਲ ਰਹੀ ਹੈ ਐਸਆਈਟੀ ਬਣੀ ਹੋਈ ਹੈ ਔਰ ਕੋਰਟ ਵਿੱਚ ਇਨਵੋਲਵ ਹੈ ਜਿਹੜਾ ਮੁਕੱਦਮਾ ਕੇਸ ਚਲਾਨ ਹੋਣੇ ਹੈ ਜੋ ਐਵੀਡੈਂਸ ਪੇਸ਼ ਕੀਤੇ ਜਾ ਰਹੇ ਹੈ ਉਹ ਕੋਈ ਬਣਾਏ ਹੋਏ ਐਵੀਡੈਂਸ ਨਹੀਂ ਹੁੰਦੇ ਕੋਰਟ ਨੇ ਉਹਨਾਂ ਨੂੰ ਦੇਖ ਕੇ ਆਪਣਾ ਫੈਸਲਾ ਦੇਣਾ ਔਰ ਇਹ ਜਿਹੜੀ ਕਾਰਵਾਈਆਂ ਹੁਣ ਨਹੀਂ ਹੋ ਰਹੀਆਂ ਸਪੈਸ਼ਲ ਸੈਸ਼ਨ ਹੋਇਆ ਜਿਹੜੀ ਸੀਬੀਆਈ ਦੀ ਵਾਰ-ਵਾਰ ਇਹ ਗੱਲ ਕਰਦੇ ਹੈ ਜ਼ਿਆਦਾਤਰ ਜਿਹੜੇ ਉੱਥੇ ਵਿਧਾਇਕ ਚੁਣੇ ਹੋਏ ਨੁਮਾਇੰਦੇ ਸੀਗੇ ਜਿਹੜੇ ਲੋਕਾਂ ਦੀ ਭਾਵਨਾਵਾਂ ਨੂੰ ਦੇਖਦੇ ਉੱਥੇ ਪਹੁੰਚੇ ਨੇ ਵਿਧਾਨ ਸਭਾ ਦੇ ਅੰਦਰ ਉਹਨਾਂ ਦਾ ਸਾਰਿਆਂ ਦਾ ਫੈਸਲਾ ਸੀਗਾ ਕਿ ਜਿਹੜੀ ਇਹ ਜਾਂਚ ਹੈ ਸਟੇਟ 'ਚ ਚਲਾਈ ਜਾਵੇ ਸੀਬੀਆਈ ਦੇ ਨਾ ਕੀਤਾ ਜਾਵੇ ਔਰ ਐਸਆਈਟੀ ਇੱਕ ਜਾਂਚ ਏਜੰਸੀ ਡੇਰਾ ਮੁਖੀ ਨੂੰ ਹੁਣ ਲਿਆ ਰਹੇ ਹੋ ਇੱਥੇ ਇਨਵੋਲਵਮੈਂਟ ਪਹਿਲੇ 3-4 ਬੰਦੇ ਫੜੇ ਗਏ ਵਿੱਚ ਕੁਛ ਨਾ ਕੁਛ ਜੋ ਕੋਈ ਹੈ ਤਾਂ ਉਹ ਐਸਆਈਟੀ ਦੇਖੇਗੀ ਜੋ ਵੀ ਜਾਂਚ ਇੱਕ ਲਾਈਨ ਦਾ ਮੈਨੂੰ ਓਬਜੈਕਟ ਹੈਗਾ ਕਿ ਜਿਹੜੇ ਇਹਨਾਂ ਦੇ ਚੁਣੇ ਹੋਏ ਐਮਐਲਏ ਜਾਂ ਵਿਧਾਨ ਸਭਾ ਦੇ ਵਿੱਚ ਆ ਕੇ ਰੌਲਾ ਪਾ ਕੇ ਕਹਿੰਦੇ ਆ ਕਿ ਹੁਣ ਐਸਆਈਟੀ ਨੂੰ ਦੇ ਦਿਓ ਤੇ ਹੁਣ ਆਹ ਕਰ ਦਿਓ ਉਹੋ ਹੀ ਸਾਰੇ ਦੇ ਸਾਰੇ ਬੰਦੇ ਇਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਤੋਂ ਲਾ ਕੇ ਪਹਿਲਾਂ ਸੀਬੀਆਈ ਦੀ ਮੰਗ ਕਰ ਚੁੱਕੇ ਸੀ ਮਤਲਬ ਇਹ ਜੇ ਸੱਤਾ ਦੇ ਵਿੱਚ ਆਪ ਆ ਗਏ ਤੇ ਨਾਲ ਦੀ ਨਾਲ ਬਿਆਨ ਬਦਲ ਕਿਉਂ ਗਿਆ ਜੇ ਸਾਨੂੰ ਗੁਰੂ ਸਾਹਿਬ ਦੇ ਬੇਅਦਬੀ ਦੇ ਨਾਲ ਹੀ ਗੱਲ ਜੁੜੀ ਹੋਈ ਹੈ ਸਾਨੂੰ ਸਗੋਂ ਦੀ ਚਰਚਾ ਤਾਂ ਇਹ ਕਰਨੀ ਚਾਹੀਦੀ ਹੈ ਵੀ 82 ਜਿਹੜੀਆਂ ਹੁਣ ਦੀ ਸਰਕਾਰ 'ਚ ਹੋ ਗਈਆਂ ਉਹ ਵੀ ਕਿਉਂ ਹੋ ਗਈਆਂ ਹਾਲਾਂਕਿ ਰਾਜਨੀਤੀ ਨਹੀਂ ਇਹਦੇ 'ਚ ਕਰਨੀ ਚਾਹੁੰਦੇ ਇਸ ਕਰਕੇ ਜੇ ਪਹਿਲਾਂ ਤਾਂ ਸੀਬੀਆਈ ਤੇ ਭਰੋਸਾ ਸੀ ਜਦੋਂ ਗਵਰਨਮੈਂਟ ਇਹ ਸੀ ਇਹਨਾਂ ਦੇ ਕਹਿਣ ਤੇ ਸੀਬੀਆਈ ਨੂੰ ਦਿੱਤਾ ਤੇ ਹੁਣ ਕਹਿੰਦੇ ਸੀਬੀਆਈ ਤੋਂ ਰੱਦ ਕਰਕੇ ਇਹਨੂੰ ਦੇ ਦੋ ਸੀਬੀਆਈ ਫਿਰ ਹੁਣ ਸੀਬੀਆਈ ਤੇ ਵੀ ਇਹ ਕਿਹਾ ਜਾਂਦਾ ਕਿ ਬਹੁਤ ਪੋਲੀਟੀਕਲ ਪ੍ਰੈਸ਼ਰ ਰਹਿੰਦਾ ਹੈਗਾ ਸੈਂਟਰ ਵਿੱਚ ਤੁਹਾਡੀ ਗਵਰਨਮੈਂਟ ਆ ਭਾਈਵਾਲ ਆ ਤੁਹਾਡੇ ਅਸੀਂ ਤਾਂ ਫਿਰ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਮੰਗਿਆ ਮਾਨਯੋਗ ਹਾਈ ਕੋਰਟ ਦਾ ਸਿਟਿੰਗ ਜੱਜ ਮੰਗਿਆ ਸਰਕਾਰ ਉਹਨਾਂ ਨੂੰ ਲਿਖ ਦੇ ਜਾਂ ਜਿਵੇਂ ਵੀ ਕਰਨਾ ਚਾਹੁੰਦੀ ਆ ਕਰ ਲੈ ਮੈਂ ਇੱਕ ਬੇਨਤੀ ਕਰਦੇ ਆ ਗੁਰੂ ਸਾਹਿਬ ਦਾ ਕੋਈ ਵੀ ਦੋਖੀ ਆ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਸੀਂ ਬਾਰ ਬਾਰ ਮੰਗ ਕਰਦੇ ਹਾਂ ਪਰ ਪੋਲੀਟੀਸਾਈਜ਼ ਨਹੀਂ ਜਿਹੜਾ ਹਲੇ ਕੇਸ ਮਨਤਾਰ ਸਿੰਘ ਬਰਾੜ ਦੀ ਗ੍ਰਿਫਤਾਰੀ ਤੋਂ ਕਿਉਂ ਡਰਦੇ ਪਿਆ ਜੇ ਝੂਠਾ ਫਸਾਉਣਗੇ ਤੇ ਅਸੀਂ ਕਿਉਂ ਨਹੀਂ ਕਰਾਂਗੇ ਜੀ ਕਾਨੂੰਨ ਦਾ ਚਾਰਾ ਜੋ ਹੀ ਅਸੀਂ ਕਿਹੜਾ ਪਾਕਿਸਤਾਨ ਵਾਲਿਆਂ ਤੋਂ ਮਦਦ ਮੰਗਦੇ ਹਾਂ ਜਿਵੇਂ ਅਸੀਂ ਤਾਂ ਆਪਦੇ ਦੇਸ਼ ਦੇ ਕਾਨੂੰਨ ਤੋਂ ਮੰਗਦੇ ਹਾਂ ਨਵਦੀਪ ਸਿੰਘ ਆ ਇਹਨਾਂ ਨੂੰ ਐਸਆਈਟੀ ਤੇ ਇਤਰਾਜ਼ ਆ ਤੁਸੀਂ ਮੁੱਖ ਵਿਰੋਧੀ ਧਿਰੋਂ ਪੰਜਾਬ ਦੇ ਵਿੱਚ ਕੀ ਸੀਬੀਆਈ ਦੇ ਹਵਾਲੇ ਹੀ ਰਹਿਣਾ ਚਾਹੀਦਾ ਸੀ ਮਾਮਲਾ ਪੂਰਾ ਦੇਖੋ ਪਹਿਲਾਂ ਵੀ ਜਿਹੜੀਆਂ ਦੋ ਕਮਿਸ਼ਨ ਬਣੇ ਸੀਗੇ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਿਆ ਸੀ ਔਰ ਰਣਜੀਤ ਸਿੰਘ ਕਮਿਸ਼ਨ ਬਣਿਆ ਸੀ ਤਕਰੀਬਨ ਜਿਹੜੀਆਂ ਫਾਈਂਡਿੰਗ ਸੀਗੀਆਂ ਦੋਨਾਂ ਕਮਿਸ਼ਨਸ ਦੀਆਂ ਸੇਮ ਸੀਗੀਆਂ ਸੋ ਉਸ ਤੋਂ ਬਾਅਦ ਜਿਹੜਾ ਸੀਬੀਆਈ ਦੀ ਜਾਂਚ ਦੇ ਵਾਸਤੇ ਕਾਂਗਰਸ ਨੇ ਪਹਿਲਾਂ ਮੰਗ ਕੀਤੀ ਸੀਗੀ ਜਦੋਂ 2016 ਦੇ ਵਿੱਚ ਇਹ ਹੋਇਆ ਸੀਗਾ ਆਪਣਾ ਬਹਿਬਲ ਕਲਾਕਾਂਡ
पर मैं ये कहना चाहना कि जिहड़ी तुसीं पहलां इदू पहलां गल कीती है कि पोलीटिकल माइलेज लैना चाहुंदियां पार्टियां, मैं समझदा कि एक जिहड़ा सब तो पहला जिहड़े डेरे वल्लों जिहड़ी सीगी पोलीटिकल जिहड़ी इनवॉल्वमेंट शुरू हुई भी सीगी 2007 दे विच, उदों तो मतलब कि एक सिस्टम बन गया सीगियां सारियां पार्टियां डेरे की मदद पोलीटिकल माइलेज लैण दे लई जां डेरे की मदद लैण लई चल पईआं सी। पर अज की डेट दे विच जे राम रहीम नूं इन्हां ने मतलब कि क्वेश्चन करन दे लई एस आई टी ने बुलाया तो बहुत सारे जिहड़े विटनेस उहदे विच गए ने एस आई टी दे विच शामिल होए ने जां एस आई टी ने जिहड़े बुलाए सी उन्होंने किते ना किते डायरैक्टली इनडायरैक्टली उन्हां दी कोई ना कोई लगता कि राम रहीम दी पुछगिछ दे नाल सारियां कड़ियां जुड़ सकदियां मे बी ये काफ़ी हद तक पॉसिबल है। एक एक छोटा ब्रेक लवेंगे, ब्रेक तो वापस आवेंगे। बलात्कार इनाम खुले का राज असीं सवाल पूछ रहे हैं, ब्रेक तो बाद जो असीं वापस आवेंगे सवाल बहुत सारे है, कोशिश करेंगे संजीदा चर्चा हो, इससे सियासत बहुत हो रही है, मिशन 2019 नाल सारे मामले में जोड़ के देखा जाना चाहिए कि नहीं देखा जाना चाहिए, सवाल असीं भी पूछ रहे हैं क्योंकि चोणा आउंदियां उदो सियासत भी पकती है तो जांच भी तेज़ हो जाती है। क्यों ब्रेक तो वापस आ रहे हैं, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਬਹਿਬਲ ਕਲਾਂ ਤੋਂ ਕੋਟਪੁਰਾ ਗੋਲੀਕਾਂਡ ਤੱਕ ਦੀ ਜਾਂਚ ਨਾਲ ਵੋਟਾਂ ਕਿਉਂ ਜੋੜੀਆਂ ਜਾ ਰਹੀਆਂ ਨੇ? ਕਰਨਾਲ ਸੇ ਪੀਰ ਮੁਹੰਮਦ, ਸਾਰਾ ਵੋਟਾਂ ਦਾ ਮਸਲਾ ਹੈ? ਬਿਲਕੁਲ। ਕਿਉਂ ਵੋਟਾਂ ਦਾ ਮਸਲਾ? ਇਸ ਕਰਕੇ ਆ ਕਿ ਜਿੰਨਾ ਗੁਨਾਹ ਹੋਇਆ ਅਕਾਲੀ ਦਲ ਬਾਦਲ ਕੋਲੋਂ ਉਹ ਹੋਇਆ ਹੀ ਵੋਟਾਂ ਕਰਕੇ, ਉਸ ਵਕਤ ਵੋਟਾਂ ਕਰਕੇ ਗੁਨਾਹ ਹੋਇਆ ਤੁਸੀਂ ਇਹ ਕਹਿ ਰਹੇ ਹੋ ਤੇ ਵੋਟਾਂ ਕਰਕੇ ਹੀ ਜਾਂਚ ਤੇਜ਼ ਹੋ ਰਹੀ ਹੈ? ਬਿਲਕੁਲ ਬਿਲਕੁਲ, ਮੈਨੂੰ ਸਮਝ ਨਹੀਂ ਆਈ ਕਹਾਣੀ। ਉਹਦਾ ਕਾਰਨ ਇਹ ਆ ਕਿ ਤੁਸੀਂ ਦੇਖੋ ਪੰਜਾਬ ਦੇ ਵਿੱਚ ਡੇਰਾਵਾਦ ਨੇ ਇੰਨਾ ਨੁਕਸਾਨ ਕਰ ਦਿੱਤਾ, ਭਨਿਆਰੇ ਵਾਲਾ ਜਿਹੜਾ ਪਿਆਰਾ ਸਿੰਘ ਭਨਿਆਰੇ ਵਾਲਾ 13 ਅਪ੍ਰੈਲ 1999 ਆਸ਼ੂਤੋਸ਼ ਤੋਂ ਬਾਅਦ ਰਾਮ ਰਹੀਮ, ਠੀਕ ਹੈ ਜੀ, ਉਸ ਤੋਂ ਪਹਿਲਾਂ 78 ਚਲੇ ਜਾਈਏ ਤੇ ਨਿਰੰਕਾਰੀ ਕਾਂਡ। ਇਹ ਜਿਹੜੇ ਸਾਡੇ ਸਿਆਸੀ ਲੀਡਰ ਨੇ, ਜਿਹੜੀਆਂ ਸਿਆਸੀ ਪਾਰਟੀਆਂ ਨੇ, ਇਹਨਾਂ ਨੂੰ ਸਵੇ ਪੜਚੋਲ ਕਰਨੀ ਚਾਹੀਦੀ ਕਿ ਅਸੀਂ ਕਿੱਡਾ ਵੱਡਾ ਗੁਨਾਹ ਕਰ ਰਹੇ ਹਾਂ ਕਿ ਡੇਰਾਵਾਦ ਨੂੰ ਉਭਾਰ ਕੇ ਜਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਅੰਦਰ ਖੂਨ ਖਰਾਬਾ ਕਰਵਾਇਆ ਅਤੇ ਕਰ ਰਹੇ ਹਾਂ, ਚਾਹੇ ਉਹ ਕਾਂਗਰਸ ਹੋਵੇ, ਚਾਹੇ BJP ਹੋਵੇ ਅਤੇ ਚਾਹੇ ਅਕਾਲੀ ਦਲ ਹੋਵੇ, ਇਹਨਾਂ ਨੇ ਆਪਣੀ ਸਾਰੀ ਪੋਲੀਟਿਕਸ ਜਿਹੜੀ ਹੈ ਉਹ ਡੇਰਾਵਾਦ ਦੇ ਦੁਆਲੇ ਘੁਮਾਈ ਹੋਈ ਹੈ ਅਤੇ ਹੁਣ ਵੀ ਘੁਮਾ ਰਹੇ ਨੇ। ਮੇਨ ਗੱਲ ਇਹ ਆ ਕਿ ਇਹ ਇਕੱਲਾ ਇੱਕ ਕਾਂਡ ਨਹੀਂ ਹੋਇਆ, ਦੋ ਤਾਂ ਇਹ ਨੌਜਵਾਨ ਸ਼ਹੀਦ ਹੋ ਗਏ, ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ, ਇਸ ਤੋਂ ਪਹਿਲਾਂ ਭਾਈ ਜਸਪਾਲ ਸਿੰਘ ਚੌੜਸਿੱਧਵਾਂ। ਅਸੀਂ 29 ਮਾਰਚ ਨੂੰ ਯਾਦ ਕਰੀਏ ਕਿ ਉਸ ਨੌਜਵਾਨ ਨੂੰ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ, ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਫਿਰ ਭਾਈ ਕਰਮਜੀਤ ਸਿੰਘ ਸੁਨਾਮ, ਭਾਈ ਦਰਸ਼ਨ ਸਿੰਘ ਲੋਹਾਰਾ, ਭਾਈ ਹਰਮਿੰਦਰ ਸਿੰਘ ਡੱਬਵਾਲੀ, ਇਹ ਮਾਪਿਆਂ ਦੇ ਪੁੱਤ ਗਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਹੈ ਉਹ ਅਜੇ ਤੱਕ ਨਹੀਂ ਲੱਭਿਆ ਗਿਆ। ਇਹ ਕਿੱਡੀ ਵੱਡੀ ਚੁਣੌਤੀ ਹੈ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਡੇਰਾਵਾਦ ਨੂੰ ਸਿਆਸੀ ਧਿਰਾਂ ਵਰਤ ਰਹੀਆਂ ਪੰਜਾਬ ਦੇ ਵਿੱਚ? ਬਿਲਕੁਲ ਬਿਲਕੁਲ, ਸਭ ਕੁਝ ਅਜੇ ਵੀ ਨਹੀਂ ਉਹਦੇ ਤੇ ਸੰਕੋਚ ਕੀਤਾ ਜਾ ਰਿਹਾ। ਅਜੇ ਵੀ ਤੁਸੀਂ ਇਹ ਦੇਖੋ ਜਿਹੜੇ ਇਹਨਾਂ ਦੇ ਉਮੀਦਵਾਰ ਨੇ ਖੰਡੂਰ ਸਾਹਿਬ ਤੋਂ, ਬੀਬੀ ਜਗੀਰ ਕੌਰ, ਉਹ ਕਹਿੰਦੀ ਜੀ ਇਹ ਮੈਨੂੰ ਨਹੀਂ ਪਤਾ, ਇਹ ਤਾਂ ਪ੍ਰਧਾਨ ਸਾਹਿਬ ਦੱਸਣਗੇ ਕਿ ਉਹਨਾਂ ਨੇ ਹੁਣ ਵੋਟਾਂ ਲੈਣੀਆਂ ਕਿ ਨਹੀਂ ਲੈਣੀਆਂ। ਸੋ ਇਹ ਆਪਣੇ ਆਪ ਦੇ ਵਿੱਚ ਡੇਰਾਵਾਦ ਨੂੰ ਉਤਸ਼ਾਹਿਤ ਕਰਨ ਵਾਲੀਆਂ ਜਿਹੜੀਆਂ ਗੱਲਾਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ। ਰਜੀਵ ਗੁਦਾਰਾ ਸਾਹਿਬ, ਤੁਸੀਂ ਕਾਨੂੰਨ ਦੇ ਜਾਣਕਾਰ, ਰਜੀਵ ਗੁਦਾਰਾ ਸਾਹਿਬ, ਜਦੋਂ ਐਸ ਆਈ ਟੀ ਇਹ ਮੰਗ ਕਰਦੀ ਹੈਗੀ ਹੈ ਕਿ ਰਾਮ ਰਹੀਮ ਤੋਂ ਪੁੱਛਗਿੱਛ ਕਰਨੀ ਹੈ, ਸੀ ਕਾਨੂੰਨੀ ਪ੍ਰਕਿਰਿਆ ਕੀ ਕਹਿੰਦੀ? ਕਿਸੇ ਵੀ ਜਾਂਚ ਦੇ ਵਿੱਚ ਪਹਿਲਾਂ CBI ਕਰੇ, SIT ਕਰੇ, ਕਿਹੜੀ ਏਜੰਸੀ ਕਰੇ, ਜਿਹੜਾ ਵੀ ਪੱਖ ਇਹਦਾ ਵਿਰੋਧ ਕਰੇ ਜਾਂ ਸਮਰਥਨ ਕਰੇ ਉਹ ਓਬਜੈਕਟਿਵ ਦੱਸੇ ਕਿ ਓਬਜੈਕਟਿਵਿਟੀ ਨਾਲ ਉਹਨੇ ਅਸੈਸ ਕੀਤਾ ਕਿ ਨਹੀਂ ਕੀਤਾ। ਦਿੱਕਤ ਇਹ ਹੋ ਗਈ ਹੈ ਕਿ ਜਦੋਂ ਪੋਲੀਟੀਕਲ ਗੱਲ ਹੁੰਦੀ ਹੈ ਉਦੋਂ ਲੀਗਲ ਓਬਜੈਕਟਿਵਿਟੀ ਮਾਈਨਸ ਹੋ ਜਾਂਦੀ ਹੈ ਕਿ ਉਹ ਅਸੀਂ ਸਰਕਾਰਾਂ ਦੇ ਬਦਲਣ ਨਾਲ ਵਿਚਾਰ ਬਦਲ ਜਾਂਦੇ ਨੇ, ਓਬਜੈਕਟਿਵਿਟੀ ਮਾਈਨਸ। ਦੂਜਾ, ਜਦੋਂ ਕੋਈ ਵੀ ਜਾਂਚ ਏਜੰਸੀ, ਉਹ SIT ਹੋਵੇ, CBI ਹੋਵੇ, ਕੋਈ ਵੀ ਹੋਵੇ, ਜੋ ਉਹਦੇ ਕੋਲ ਰਿਕਾਰਡ ਆਉਂਦਾ ਉਹਦੇ ਮੁਤਾਬਿਕ ਉਹ ਓਬਜੈਕਟਿਵ ਅਸੈਸਮੈਂਟ ਉਹ ਵੀ ਕਰੇ ਅਤੇ ਫਿਰ ਜਿਹਨੂੰ ਬੰਦੇ ਨੂੰ ਪੁੱਛਗਿੱਛ ਕਰਨ ਦੀ ਲੋੜ ਹੈ ਉਹਨੂੰ ਪੁੱਛਗਿੱਛ ਕਰੇ। ਪੁੱਛਗਿੱਛ ਕਰਨਾ ਕਿਸੇ ਵੀ ਅਪਰਾਧ ਦੇ ਵਿੱਚ ਕਿਸੇ ਬੰਦੇ ਨੂੰ ਇਹ ਆਪਣੇ ਆਪ 'ਚ ਤਾਂ ਕੋਈ ਦੋਸ਼ੀ ਸਾਬਿਤ ਕਰ ਨਹੀਂ ਦਿੰਦਾ। ਪੁੱਛਗਿੱਛ ਤੋਂ ਬਾਅਦ ਜੇ ਕੋਈ ਉਹਦੇ ਖਿਲਾਫ਼ ਕੋਈ ਐਵੀਡੈਂਸ ਪਹਿਲਾਂ ਆਈ ਹੈ ਉਹਦੀ ਅਸੈਸਮੈਂਟ ਹੋਣੀ ਹੈ, ਉਹਨੂੰ ਆਪ ਨੂੰ ਪੁੱਛਣ ਤੋਂ ਬਾਅਦ ਉਹਦੀ ਠੀਕ ਠੀਕ ਪਰਖ ਹੋਣੀ ਹੈ। ਇਹ ਤਾਂ ਕਿਸੇ ਵੀ ਜਾਂਚ ਦਾ ਨਿਊਨਤਮ ਤਰੀਕਾ ਹੈ, ਇਹ ਤਾਂ ਹੋਣਾ ਹੀ ਚਾਹੀਦਾ, ਇੱਕ ਗੱਲ। ਦੂਜੀ, ਜਦੋਂ ਕਿਸੇ ਬੰਦੇ ਨੂੰ CBI ਜਾਂ ਕੋਈ ਵੀ ਜਾਂਚ ਏਜੰਸੀ ਜਾਂ SIT ਇਹ ਕਹਿ ਦਿੰਦੀ ਹੈ ਕਿ ਇਹਦੇ ਖਿਲਾਫ਼ ਹੁਣ ਇਹ ਐਵੀਡੈਂਸ ਆਉਂਦੀ ਹੈ ਜਿਹ ਤੋਂ ਸਾਬਿਤ ਹੁੰਦਾ ਪ੍ਰਾਇਮਰਲੀ ਕਿ ਇਹਨੇ ਅਪਰਾਧ ਦੇ ਵਿੱਚ ਇਹਦਾ ਹਿੱਸਾ ਸੀਗਾ, ਇਹਨੇ ਅਪਰਾਧ ਕਰਨ ਦੇ ਵਿੱਚ ਹਿੱਸਾ ਪਾਇਆ, ਉਹ ਆਰੋਪੀ ਹੋ ਜਾਂਦਾ, ਉਹਦੇ ਬਾਅਦ ਐਂਟੀਸਪੇਟਰੀ ਬੇਲ ਮੰਗਣਾ ਉਹਦਾ ਹੱਕ ਹੈ। ਸਿਰਫ ਇਸ ਕਰਕੇ ਕੋਈ ਐਂਟੀਸਪੇਟਰੀ ਬੇਲ ਮੰਗ ਰਿਹਾ ਉਹਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ ਅਤੇ ਉਹਦੀ ਬੇਲ ਐਂਟੀਸਪੇਟਰੀ ਬੇਲ ਡਿਸਮਿਸ ਹੁੰਦੀ ਹੈ, ਜਿਵੇਂ ਤੁਸੀਂ ਬਰਾੜ ਸਾਹਿਬ ਦੀ ਗੱਲ ਕੀਤੀ ਵਿਧਾਇਕ ਦੀ, ਉਹਦੇ ਵਿੱਚ ਤਾਂ ਪ੍ਰਾਇਮਰੀ ਜਿਹੜਾ ਓਪੀਨੀਅਨ ਬਣਦਾ
दो ओपीनियन प्राइमरी एंटीसपेटरी बेल पर बनते हैं उस केस भी इस तरह होया। एस आई टी ने कहा एक जे इन्हों बेल दे दी गई एंटीसपेटरी बाहर रहे तो एविडेंस के नाल तोड़फोड़ कर सकते हैं, एविडेंस को खराब कर सकते हैं, एविडेंस को विनोर कर सकते हैं। 3 साल तो बाहर ही है नहीं हूँ जो सामने आई आरोपी हूँ तो बाद की गल है ना। सिंपली है कि जो तक नहीं आज कोई भी सही हूँ भी यह तर्क हूँ भी यह तर्क सफल है भी कोर्ट ने जांच करनी होंगी है ना। मेरे को उन्होंने की उ सारी जी गलां नहीं गई पर किसी भी जांच एजेंसी ने 3 साल है कि 4 साल है कि 5 दिन है यह मैटर नहीं करता। जिदन एजेंसी इस गलते पहुंचती है कि हुण सारे पूछगिछ तो बाद इहदे कोल सफिशिएंट एविडेंस आ गई है जिस तो पता लगता है कि आरोपी है ना एक्यूज्ड है उस तो बाद ही यह डर होंदा है कि वह तोड़फोड़ कर लेगा। जे तुसीं मान लो पहले दिन ही कह दिओ कि थोड़ी जी गल आ गई बिना बाकी सबूत तो उन्हें फड़ के अंदर करने की गल करो फिर भी न्यायिक प्रक्रिया नाल धक्का होएगा कि न्यायिक प्रक्रिया नहीं होएगी वो तो विक्टिमाइजेशन होएगा क्योंकि एविडेंस आई नहीं तो तुसीं करता। तो इस करके कोर्ट ने एक तो यह गल विचार की दूजी कि जिहड़ी एस आई टी कह रही है कि सानू लोड है वह गिरफ्तारी करके प्राइमरली उन्हें पूछगिछ करनी है कस्टोडियल इंटरोगेशन करना है विच शोज कि जे कस्टोडियल इंटरोगेशन तो बिना सच सामने नहीं आ रहा जिहड़े बंदे नूं तुसीं गिरफ्तार कर रहे हो पूछगिछ करना चाहते हो हले होर बाकी उहदे सूत्र पता करना चाहते हो की गल सी वो कस्टोडियल इंटरोगेशन तो बिना वो टाल मटोल कर रहा है। इस करके कस्टोडियल इंटरोगेशन की लोड़ है यह एजेंसी का कहना है तो इस कोर्ट ऑब्जर्व करती है तो इस नतीजे पहुँचती है बट प्रैक्टिस दे विच की हो रहा है इह गल नूं वी आपां याद रखना चाहिए। प्रैक्टिस दे विच जनरली सैशन कोर्ट दे विच थोड़ा बड़ा केस हो जिहदी अखबारां चर्चा होए बड़ा मामला हो गया उहदे जनरली एंटीसपेटरी बेल्स नहीं करदियां एक प्रैक्टिस भी हो गई है इस करके नहीं करदियां जनरली नहीं करदियां डिनाई कर देंदियां ने ते हाई कोर्ट दे विच बहुत सारे वो केस जिन्हां दी बेल थल्ले नहीं हुंदी वो हो जांदी है ये भी फैक्ट है। इस करके सानू जंप नहीं करना चाहिए किसी पास भी कि जी उन्हें बुला लिया तो दोषी हो गया तो उहदी एंटीसपेटरी बेल होगी तो निर्दोष हो गया तो एंटीसपेटरी बेल नहीं हुई तो दोषी हो गया। इस करके लोड़ इस गल टाइम पर है जिवें पीर मुहम्मद जी ने कहा जे तुसीं कानून की गल करनी है तो बेअदबी के मामले में ठीक ठीक निर्णय तक लैके जाना है तो ये जी पॉलिटिक्स है ये भी मैं तुहानूं मेरी जी समझ है किसी भी कानूनी प्रक्रिया के जे होएगी तो पंजाब दे विच खास करके बहबल कलां ते बेअदबी दे मामले जिदन भी जांच होएगी उहदे पोलीटिकल डायमेंशन होणगे ही होणगे चाहे उहदी किन्नी ऑब्जेक्टिविटी रख लो तुसीं ऑब्जेक्टिविटी विच दबाद भी होणगे ते होणे भी चाहीदे ने। जे सपोज पाया जांदा है कि फलाना बंदा दोषी है इहदे विच कल नूं जजमेंट आ जांदा है ते तुसीं कहो इहदे पोलीटिकल इंप्लीकेशन ना होणे हो ही नहीं सकदा या कोई बरी हो जांदा इस पोलीटिकल इंप्लीकेशन दे विच मैं राम रहीम दा जिक्र कर रिहा कि राम रहीम नूं पुछगिछ लई किवें बुलाया जा सकदा अखीर ते इस करके आ रहा है कि उस नूं पापां दी मैं एक होर गल कहां जिन्हां जिन्हां ने साहिब श्री गुरु ग्रंथ साहिब जी दी बेअदबी दे विच जां शरीक बणे आ कला राम रहीम नहीं आशुतोष भंडियारे वाला अजे तक फ्रिज दे विच लगा पिया ठीक है जी भंडियारे वाला वो गुमनाम की जिंदगी बतीत कर रहा जेड़े जेड़े व्यक्ति ने गुरु ग्रंथ साहिब जी दे शरीक बन की कोशिश की है उनका हशर जिहड़ा इस तरह का ही होया। मैनूं इक सवाल मिलिया है तुहाडी इस गलबात कुंवर सिंह राठौर इहदा मतलब यह होया कि राम रहीम का डेरा तुसी पहला किसी होर तरीके वरतते सीगे हुण तुसी किसी होर तरीके वरत के अकाली दल ते बीजेपी ते प्रेशर पाउणा चाहुंदे हो पंजाब दे विच। देखो यह गल मैं तो समझदा कि यह गल जायज़ है नहीं जो राम रहीम की मंग इस तो पहला कई बार सारिआं ने की है ईवन कि तुहाडे लीडर साहबान ने भी की है उदों तो राम रहीम का नाम जिक्र तक नहीं हो रहा है हुण राम रहीम नूं पुछ के चली बुलाया जाना चाहिए है। देखो पहला जब जो तो चोणा नेड़े आ गईआं तीन या चार बंदे जिहड़े डेरे नाल संबंधित व्यक्ति सीगे वो फड़े गए उन्हां दी इनकुआरी हुई और उस तो बाद जब जस्टिस रणजीत सिंह की रिपोर्ट आई है एस आई टी बनी है एस आई टी दे इह सारा एक प्रक्रिया है जाँच का प्रक्रिया है कि जिस तरह संगत साहब ने भी किया कि जिहड़े बंदिआं तों इंटरोगेशन हुई है या जिहड़े बंदे जाँच शामिल होए हैं उन बंदिआं ने डायरेक्ट डायरैक्टली या इनडायरैक्टली कोई ना कोई यह जहा इशारा कोई ना कोई यह जहा बयान या कुछ ना कुछ यही जी गल हुई है जिदे तो एस आई टी लगे कि हूँ सानू राम रहीम लियाना चाहिए और ये पोलिटाइजेशन कोई गल है नहीं यह प्रक्रिया पिछले 7-8 महीने तो चल रही है और इलेक्शन 2019 का नहीं इलेक्शन तो इसके बाद भी आना कानूनी प्रक्रिया चलती पी कोई पोलिटिकल मायले लेने वाला चक्कर ही है नहीं। विराट साहब देखो मैं एक बेनती कर दूजे पास एस आई टी कह रही है तुम उन्होंने धमका रहे हो एक मैं बेनती कर दिया कि जो हालांकि जिहड़ा कमीशन बनाया सी उन्हें कोई ढंग की फाइंडिंग नहीं दिती उदों बाद आ गया कि एस आई टी बनाउणी है ते असीं उहदे ते कोई रिएक्ट नहीं कीता सी क्योंकि एस आई टी जदों बनी है जे उहदी कोई
ਕੀ ਗੱਲ ਕਰਦੇ ਆ ਕੀ ਨਹੀਂ ਕਰਦੇ, ਅਸੀਂ ਕਿਹਾ ਸੀ ਵੀ ਕੋਈ ਗੱਲ ਨਹੀਂ, ਅਸੀਂ ਸਾਥ ਦਿੱਤਾ। ਜੋਰਾ ਸਿੰਘ ਨੇ ਢੰਗ ਦੀਆਂ ਫਾਈਂਡਿੰਗਸ ਦਿੱਤੀਆਂ ਸੀ, ਜੋਰਾ ਸਿੰਘ ਨੇ ਜਿਹੜੀਆਂ ਦਿੱਤੀਆਂ ਸੀ ਉਹ ਲਗਭਗ ਇੰਪਲੀਮੈਂਟ ਹੋ ਗਈਆਂ ਸੀ, ਇਕੱਲੀ ਜਿਹੜੀ ਪੁਲਿਸ ਅਫਸਰਾਂ ਦੇ ਖਿਲਾਫ ਇਨਕੁਆਇਰੀ ਚੱਲਦੀ ਸੀ ਉਹੀ ਬਕਾਇਆ ਸੀ, ਬਾਕੀ ਉਹਦੀਆਂ ਸਾਰੀਆਂ ਪੂਰੀਆਂ ਹੋ ਗਈਆਂ ਸੀ। ਇੱਕ ਮੈਂ ਬੇਨਤੀ ਕਰਦੇ ਹਾਂ, ਦੂਜੀ ਮੈਂ ਇਹ ਬੇਨਤੀ ਕਰਦੇ ਹਾਂ ਕਿ ਜਦੋਂ ਐੱਸ ਆਈ ਟੀ ਜਿੰਨਾ ਚਿਰ ਠੀਕ ਕੰਮ ਕਰਦੀ ਰਹੀ ਅਸੀਂ ਸਾਥ ਦਿੱਤਾ, ਪਰ ਹੁਣ ਜੇ ਮੰਨ ਲਓ ਅੱਜ ਮਨਤਾਰ ਸਿੰਘ ਬਰਾੜ 'ਤੇ ਐਲੀਗੇਸ਼ਨ ਕੀ ਹੈ ਕਿ ਉਹਨੇ ਐੱਸ ਐੱਚ ਓ ਡੀ ਐੱਸ ਪੀ ਅਤੇ ਐੱਸ ਐੱਸ ਪੀ ਨਾਲ ਗੱਲ ਕੀਤੀ ਹੈ, ਇੱਦੋਂ ਇਲਾਵਾ ਤਾਂ ਕੋਈ ਸਬੂਤ ਹੀ ਨਹੀਂ ਕੋਰਟ 'ਚ ਦੇ ਸਕੇ ਜਾਂ ਦਿੱਤਾ, ਅਤੇ ਫਿਰ ਜੇ ਇਸ ਗੱਲ ਨਾਲ ਹੀ ਗੱਲ ਕਰਨੀ ਹੈ ਤਾਂ ਫਿਰ ਤਾਂ ਬਹੁਤ ਸਾਰੇ ਹੋਰ ਇਹਦੇ ਅਰਥ ਨਿਕਲਦੇ ਆ ਜਿਹੜੇ ਕਿ ਸਾਹਮਣੇ ਆ ਰਹੇ ਆ। ਦੂਜੀ ਮੈਂ ਬੇਨਤੀ ਇਹ ਕਰਦੇ ਹਾਂ ਕਿ ਇੱਕ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ, ਤੁਸੀਂ ਵੀ ਮੈਂ ਅੱਗੇ ਤੋਂ ਟੋਕ ਦਿਆ ਕਰੋ ਜੇ ਕੋਈ ਪੈਨਲਿਸਟ ਕਹਿੰਦਾ। ਇਹ ਦੂਜਾ ਹੁਣੇ ਪੀਰ ਮੁਹੰਮਦ ਸਾਹਿਬ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ, ਸਾਡੇ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੈ, ਜੇ ਮੰਨ ਲਓ ਮੈਂ ਟਸਕਾਲੀ ਕਮਾਂ ਬ੍ਰਹਮਪੁਰੇ ਦਾ ਅਕਾਲੀ ਦਲ ਕਮਾਂ ਫਿਰ ਉਹ ਤੁਹਾਨੂੰ ਬੁਰਾ ਲੱਗੂਗਾ, ਇਸ ਕਰਕੇ ਕਿਰਪਾ ਕਰਕੇ ਆਪਾਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਂ ਸਹੀ ਲਿਆ ਕਰੋ, ਬਾਕੀ ਦੀਆਂ ਤਾਂ ਡਿਬੇਟਾਂ ਚੱਲਦੀਆਂ ਰਹਿਣਗੀਆਂ। ਤੁਸੀਂ ਆਪ ਹੀ ਕਹਿੰਦੇ ਹੋ ਨਾ ਅਕਾਲੀ ਦਲ ਬਾਦਲ ਤਾਂ ਕੌਣ ਕਹਿੰਦਾ, ਸਾਰੇ ਕੌਣ ਕਹਿੰਦਾ, ਨਾਮਾਂ ਨਾਲ ਹੀ ਜਾਣੇ ਜਾਂਦੇ, ਤੁਹਾਡੇ ਵਰਗੇ ਨੇ ਪਾਇਆ ਨਾ, ਕਿਸੇ ਹੋਰ ਨੇ ਥੋੜੀ ਪਾਇਆ ਸਾਰੇ, ਤੁਸੀਂ ਕੋਈ ਨਹੀਂ ਪਾਇਆ, ਬਿਲਕੁਲ ਮੈਂ ਸਪਸ਼ਟ ਕਰਦਾ ਔਰ ਦੁਬਾਰਾ ਫਿਰ ਤੁਹਾਨੂੰ ਬੇਨਤੀ ਕਰਦਾ ਕਿ ਹਰ ਬੰਦੇ ਦਾ ਨਾਮ ਅਤੇ ਪਾਰਟੀ ਦਾ ਨਾਮ ਆਪਦੇ ਦਾ ਪੂਰੇ ਢੰਗ ਨਾਲ ਲੈਣਾ ਚਾਹੀਦਾ, ਉਹੀ ਚੰਗਾ ਰਹੇਗਾ, ਨਹੀਂ ਅਸੀਂ ਨਾਮ ਵਿਗਾੜਾਂਗੇ ਤੁਹਾਡਾ ਫਿਰ ਉਹਨੂੰ ਤੁਹਾਨੂੰ ਭੈੜਾ ਲੱਗੇਗਾ। ਚਲੋ ਠੀਕ ਹੈ, ਇਸ ਕਰਕੇ ਦੂਜੀ ਮੈਂ ਬੇਨਤੀ ਇਹ ਕਰਦੇ ਹਾਂ ਕੇ ਬੀ ਜੀ ਕਿ ਐੱਸ ਆਈ ਟੀ ਦੀ ਜਿਹੜੀ ਫਾਈਂਡਿੰਗ ਉਹਨਾਂ ਨੇ ਦੇਣੀ ਹੁੰਦੀ ਹੈ ਇੱਕ ਜਾਂ ਦੋ ਦਿਨ ਪਹਿਲਾਂ, ਇਹਨਾਂ ਦੇ ਪਾਰਟੀ ਦੇ ਜਾਖੜ ਸਾਹਿਬ ਹੋਣ ਜਾਂ ਕੋਈ ਹੋਰ ਲੀਡਰ ਹੋਵੇ ਪਹਿਲਾਂ ਦੱਸ ਦਿੰਦਾ ਕਿ ਹੁਣ ਕੋਈ ਨਹੀਂ ਕਰਾਉਣਾ ਹੋਊਗਾ, ਕਹਿ ਰਹੀ ਆ ਚਲਾਨ ਪੇਸ਼ ਕਰਨ ਲੱਗੇ ਹਾਂ ਅਸੀਂ ਕੁਝ ਦਿਨਾਂ 'ਚ, ਕਰ ਦੇਣ ਜੀ ਫਿਰ ਕੀ ਹੁੰਦਾ ਹੈ, ਦੇਸ਼ ਦੇ ਵਿੱਚ ਕਾਨੂੰਨ ਦੇ ਵਿੱਚ ਵਿਸ਼ਵਾਸ ਹੈ। ਬਰਾੜ ਸਾਹਿਬ ਜਿਹੜੇ ਕੰਵਰ ਵਿਜੇ ਪ੍ਰਤਾਪ ਸਿੰਘ ਇਹ ਤੁਹਾਡੇ ਵਕਤ ਤੁਸੀਂ ਕਹਿੰਦੇ ਸੀ ਸਭ ਤੋਂ ਇਮਾਨਦਾਰ ਸਭ ਤੋਂ ਬਾਦਲ ਸਾਹਿਬ ਦੀਆਂ ਸਪੀਚਾਂ ਸੁਣ ਲਓ ਕਿ ਅੰਮ੍ਰਿਤਸਰ ਸਾਹਿਬ ਨੂੰ ਮੈਂ ਉਹ ਕਮਿਸ਼ਨਰ ਦਿੱਤਾ ਹੈ, ਜਦੋਂ ਅਸੀਂ ਉਸ ਵਕਤ ਕਿਹਾ ਕਿ ਇੱਥੇ ਇੱਕ ਹਰਿਮੰਦਰ ਸਾਹਿਬ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹਾਂ ਜਾਂ ਹੋਰ ਗੱਲਾਂ ਕਰਕੇ ਕਿ ਤੁਸੀਂ ਇੱਥੇ ਸਿੱਖ ਕਮਿਸ਼ਨਰ ਲਾ ਦਿਓ, ਮੈਨੂੰ ਯਾਦ ਹੈ ਉਸ ਵਕਤ ਤੁਸੀਂ ਇਹ ਗੱਲ ਕਹੀ ਕਿ ਸਭ ਤੋਂ ਵਧੀਆ ਇਮਾਨਦਾਰ ਇੱਕ ਅੱਛਾ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਉਹ ਅਸੀਂ ਅੰਮ੍ਰਿਤਸਰ ਸਾਹਿਬ ਨੂੰ ਦਿੱਤਾ, ਅਤੇ ਅੱਜ ਤੁਸੀਂ ਉਹ ਤੁਹਾਨੂੰ ਸਭ ਤੋਂ ਮਾੜਾ ਲੱਗ ਰਿਹਾ ਕਿਉਂਕਿ ਉਹ ਜਵਾਬ ਦੇ ਦੇ। ਹਾਂ ਹਾਂ, ਤੇ ਤਾਂ ਬਾਦਲ ਸਾਹਿਬ ਨੇ ਤਾਂ ਬ੍ਰਹਮਪੁਰੇ ਨੂੰ ਵੀ ਭਰਾ ਬਣਾ ਕੇ ਰੱਖਿਆ ਸੀ, ਅੱਜ ਉਹ ਕਿਵੇਂ ਮਾੜਾ ਹੋ ਗਿਆ, ਇਹ ਤਾਂ ਹਾਲਾਤਾਂ ਤੇ ਨਿਰਭਰ ਕਰਦਾ ਕਿ ਕਿਹੜੇ ਵੇਲੇ ਕੀ ਕਰਦੇ। ਕੁੱਲ ਮਿਲਾ ਕੇ ਨਹੀਂ, ਕੁੱਲ ਮਿਲਾ ਕੇ ਇਹ ਕਹਾਣੀ ਹੈ ਸਿਆਸਤ ਦੇ ਵਿੱਚ, ਨਾ ਕੋਈ ਪੱਕਾ ਦੁਸ਼ਮਣ ਨਾ ਪੱਕਾ ਯਾਰ। ਨਹੀਂ ਨਹੀਂ ਉਹ ਬੜੀ ਸਿੰਪਲ ਮੁੱਦਾ ਬੜਾ ਸੈਂਸਿਟਿਵ ਹੈਗਾ, ਮੇਰੀ ਸਰਕਾਰ ਨੂੰ ਤੇ ਅਫਸਰਾਂ ਨੂੰ ਬੇਨਤੀ ਹੈ ਕਿ ਜਿੰਨੀ ਮੁੱਦੇ ਦੀ ਸੈਂਸਿਟੀਵਿਟੀ ਹੈ ਇਹਨੂੰ ਕਿਰਪਾ ਕਰਕੇ ਇਹਨੂੰ ਪੋਲਿਟਿਸਾਈਜ਼ ਨਾ ਹੋਣ ਦੇਣ, ਸਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢਣ ਤੇ ਜਿਹੜਾ ਦੋਸ਼ ਸਾਹਿਬ ਠੀਕ ਹੈ। ਚਲੋ ਤੁਸੀਂ ਮੰਗ ਕਰ ਰਹੇ ਹੋ, ਮੈਂ ਬ੍ਰੇਕ ਲੈਣੀ, ਬ੍ਰੇਕ ਤੋਂ ਜਾਂ ਤੋਂ ਪਹਿਲਾਂ ਇੱਕ ਸਵਾਲ ਤੁਹਾਨੂੰ ਜ਼ਰੂਰ ਲੈਣਾ ਚਾਹੁੰਦਾ, ਜਿਹੜਾ ਤੁਸੀਂ ਬਾਈ ਨੇ ਐੱਫ ਆਈ ਆਰ ਨਹੀਂ ਕੀਤੀ, ਕੀ ਤੁਸੀਂ ਪੰਜਾਬ ਦੀ ਜਨਤਾ ਤੋਂ ਮਾਫੀ ਮੰਗਣਾ ਚਾਹੁੰਦੇ ਹੋ? ਨਹੀਂ, ਮੈਂ ਤੁਹਾਨੂੰ ਐੱਫ ਆਈ ਆਰ ਪੜ੍ਹ ਦੂੰਗਾ ਜੇ ਤੁਸੀਂ ਬ੍ਰੇਕ ਤੋਂ ਪਹਿਲਾਂ ਪੜਾਉਣੀ ਹੈ ਕਿ ਬਾਅਦ 'ਚ ਪੜਾਉਣੀ ਹੈ, ਜਿਹੜਾ ਬਾਈ ਨਹੀਂ ਹੋਈ ਤੁਹਾਡੇ ਵੇਲੇ ਨਹੀਂ ਹੋਈ ਬਾਈ, ਮੈਂ ਪੜ੍ਹ ਦਿੰਦਾ ਨਾ ਤੁਹਾਨੂੰ, ਤੁਸੀਂ ਪੜ੍ਹੋ ਨਾਮ ਵਿੱਚ, ਨਾਮ ਪੁਲਿਸ ਵਾਲੇ ਨਾਮ ਦੱਸ ਦਿਓ ਮੈਨੂੰ। ਮੈਂ ਪੈਰਾ ਨੰਬਰ 4 ਹੈ, ਸਪੈਸ਼ਲ ਇਨਵੈਸਟੀਗੇਟਿੰਗ ਟੀਮ ਸਨਮੁਖ ਇਹ ਤੱਥ ਸਾਹਮਣੇ ਆਏ ਹਨ ਕਿ ਦੋ ਵਿਅਕਤੀਆਂ ਜਿਨ੍ਹਾਂ ਦੇ ਕ੍ਰਿਸ਼ਨ ਭਗਵਾਨ ਅਤੇ ਮਹਿੰਦਰ ਸਿੰਘ ਅਤੇ ਇਹਨਾਂ ਦੇ ਫਲਾਣੇ ਫਲਾਣੇ ਦੇ ਫਾਇਰਿੰਗ 'ਚ ਮੌਤ ਹੋਈ ਹੈ, ਇਹ ਪੁਲਿਸ ਪਾਰਟੀ ਚਰਨਜੀਤ ਸਿੰਘ ਐੱਸ ਐੱਸ ਪੀ ਮੋਗਾ ਦੀ ਨਿਗਰਾਨੀ ਹੇਠ ਤੈਨਾਤ ਸੀ। ਪੰਗਾ ਇਸੇ ਗੱਲ ਦਾ ਕਿ ਜਿਹੜਾ ਝੂਠ ਹੈ ਉਹ ਬਹੁਤ ਵਿਕਦਾ, ਸੱਚਾਈ ਜਿਹੜੀ ਉਹ ਕੱਢ ਕੇ ਨਹੀਂ ਮਿਲਦੀ, ਇਹ ਆਨਲਾਈਨ ਪਈ ਹੈ, ਆਨਲਾਈਨ ਪਈ ਹੈ। ਚਲੋ ਵਿਰੋਧੀ ਪਾਰਟੀਆਂ ਨੇ ਵੇਚਿਆ, ਮੈਂ ਤਾਂ ਇਹੀ ਕਹੂੰਗਾ, ਫਿਰ ਤੁਸੀਂ ਉਹਨੂੰ ਗਾਹ ਚੱਕਿਆ, ਸਾਰਿਆਂ ਨੇ ਚੱਕਿਆ, ਇਹਦੇ 'ਚ ਕੀ ਹੈ? ਆਹ ਐੱਫ ਆਈ ਆਰ ਉਦੋਂ ਦੀ ਨੈੱਟ 'ਤੇ ਪਈ ਹੈ, ਕੱਢ ਕੇ ਵੇਖ ਲਓ ਜਿਹੜੀ 2015 ਜਿਹੜੀ ਇਹਨਾਂ ਨੇ ਐੱਫ ਆਈ ਆਰ ਆ ਕੇ ਕੀਤੀ ਹੈ ਕਿ ਸ਼੍ਰੀਮਾਨ ਐੱਸ ਆਈ ਫਲਾਨਾ ਸਿੰਘ ਵੱਲੋਂ ਫੋਨ ਕਰਨ ਤੇ ਮੈਨੂੰ ਸੱਦਿਆ ਗਿਆ ਤੇ ਫਿਰ ਐੱਫ ਆਈ ਆਰ ਕਰ ਰਹੇ ਜਿਹੜੀ ਜਿਹੜੀ ਚ ਹੁਣ ਦੂਜਿਆਂ ਨੂੰ ਪਾਈ ਜਾਂਦੇ ਆ, ਇਹ ਫਿਰ 15 ਦੀ ਹੈ? ਹਾਂ 2015 ਦੀ ਚੱਲ ਰਹੀ ਸੀ। ਚਰਨਜੀਤ ਸਿੰਘ ਦੇ ਨੇਤਰਤਵ ਦੇ ਵਿੱਚ ਇੱਕ ਪਾਰਟੀ ਸੀ ਜਿਹੜੀ ਕਰ ਰਹੀ ਸੀ, ਠੀਕ ਹੈ? ਹੁਣ ਕੋਈ ਇਹ ਤਾਂ ਹੈ ਨਹੀਂ ਸੀ ਕਿ ਭੀੜ ਸੀ ਜਿਹਨੂੰ ਮਰਜ਼ੀ ਲੈ ਗਏ, ਪੁਲਿਸ ਦੇ ਸਿਪਾਹੀ ਸੀ, ਉਹਨਾਂ ਦੀ ਡਿਊਟੀ ਵੀ ਲੱਗੀ ਹੋਣੀ, ਰਫਟ ਪਾ ਕੇ ਗਏ ਹੋਣੇ, ਕਿਹੜੇ ਕਿਹੜੇ ਨਾਲ ਜਾ ਰਹੇ ਨੇ, ਕੌਣ ਜਾ ਰਹੇ ਨੇ, ਇੰਨਾ ਕੁਛ ਤੁਹਾਡੇ ਕੋਲ ਸੀ।
ਫਿਰ ਤੁਸੀਂ ਕਾਰਵਾਈ ਕੀ ਕੀਤੀ? ਦੇਖੋ ਤੁਸੀਂ ਨਾ ਤਾਂ ਬਹੁਤ ਚਾਹ ਨਾਲ ਦੱਸਤਾ, ਉਦੋਂ ਬਾਅਦ ਜੋ ਕਾਰਵਾਈ ਨਹੀਂ ਹੋਈ ਤੇ ਕੌਣ ਜ਼ਿੰਮੇਵਾਰ ਹੈ ਭਾਜੀ? ਮੈਂ ਦੱਸ ਰਿਹਾ ਜੀ, ਠੀਕ ਹੈ ਮੈਂ ਕਿਤੇ ਨਾ ਕਿਤੇ ਜੇ ਮੌਕੇ ਸਿਰ ਕਾਰਵਾਈ ਹੁੰਦੀ ਤੇ ਇਹਨਾਂ ਗੱਲਾਂ ਦਾ ਤਾਂ ਗੱਲ ਬਣ ਜੀ। ਉਸ ਲਈ ਮਾਫੀ ਮੰਗ ਸਕਦੇ ਹੋ? ਕਿਸ ਗੱਲ ਦੀ? ਤੁਸੀਂ ਕਾਰਵਾਈ ਨਹੀਂ ਕੀਤੀ, ਕਿਉਂ ਇਸ ਗੱਲ ਦੀ ਕਾਹਦੀ ਮਾਫੀ? ਅਫਸਰਾਂ ਦੇ ਹੱਥ ਦੀ ਗੱਲ ਹੈ, ਅਸੀਂ ਕੋਈ ਐਸਆਈਟੀ ਬਣੀ ਹੈ, ਉਦੋਂ ਬਾਅਦ ਐਸਆਈਟੀ ਦੇ ਵਿੱਚ ਜਾਂਚ ਹੁੰਦੀ ਰਹੀ ਹੈ। ਫਿਰ ਜਿਹੜੀ ਗੱਲ ਤੁਸੀਂ ਜਿਹੜੀ ਕਹਿੰਦੇ ਨਾ ਬੇਨਾਮੀ 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 ਵਾਲਾ ਗੁੱਡਾ ਫੜਿਆ ਜਿਹੜਾ, ਉਹ ਗਲਤ ਹੈ। ਮੀਡੀਆ ਨੇ ਕਿਹਾ ਹੈ, ਸਾਰੀ ਦੁਨੀਆ ਨੇ ਮੂੰਹ ਚ ਪਾਇਆ ਹੈ, ਸਾਰੀ ਦੁਨੀਆ ਨੇ ਸਵਾਲ। ਬੇਨਾਮੀ ਤੋਂ ਅੱਗੇ ਹੋ ਗਿਆ ਸਰ, ਬੇਨਾਮੀ ਹੁੰਦੀ ਤੁਹਾਡੀ ਸਰਕਾਰ ਉੱਥੇ ਤੱਕ ਨਹੀਂ ਪਹੁੰਚ ਸਕੀ, ਇੱਕ ਗੱਲ ਹੈ ਨਾ, ਪੁਲਿਸ ਨਹੀਂ ਪਹੁੰਚ ਸਕੀ, ਤੁਹਾਡੀ ਪੁਲਿਸ ਸੀ। ਬੇਨਾਮ ਹੋਣ ਤੋਂ ਬਾਅਦ ਵੀ ਉਹ ਬੰਦਿਆਂ ਦੀ ਬਿਲਕੁਲ ਰਿਕਾਰਡ ਦੇ ਵਿੱਚ ਲਿਖਿਆ ਸੀ ਕੌਣ ਕੌਣ ਸੀ। ਤੁਸੀਂ ਕਾਰਵਾਈ ਨਹੀਂ ਕਰ ਸਕਦੇ ਬਣੀ ਇਹਦੀ ਜਾਂਚ ਦੀ ਰਿਪੋਰਟ? ਤੁਸੀਂ ਕਹਿ ਰਹੇ ਹੋ ਬਰਾੜ ਸਾਹਿਬ ਕਿ ਅਸੀਂ ਕਾਰਵਾਈ ਨਹੀਂ ਕਰ ਸਕੇ ਇਹਦੇ ਬਾਰੇ ਮਾਫੀ ਕਰ ਦੀ? ਨਹੀਂ ਨਹੀਂ, ਮੈਂ ਤੇ ਕਾਰਵਾਈ ਕਹੂੰਗਾ ਹੀ ਨਹੀਂ ਜੀ, ਕੋਈ ਕਾਰਵਾਈ ਆਏ ਥੋੜਾ ਕਿ ਅਸੀਂ ਸਿੱਧੇ ਤੌਰ ਤੇ ਕਰਨੀ। ਪੁਲਿਸ ਅਫਸਰਾਂ ਦੀ ਜਿਹੜੀ ਜਾਂਚ ਟੀਮ ਬਣੀ ਸੀ ਉਹ ਕਾਰਵਾਈ ਤਾਂ ਉਹਨਾਂ ਨੇ ਹੀ ਕਰਨੀ ਸੀ ਨਾ। ਚਲੋ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੱਥਾਂ ਤੇ ਆਧਾਰਿਤ ਜਿਹੜੀ ਉਹ ਡਿਬੇਟ ਅੱਗੇ ਵਧੇ, ਹਾਲਾਂਕਿ ਇਸ ਜਦੋਂ ਵੀ ਇਹ ਮਾਮਲਾ ਉੱਠਦਾ ਹੈਗਾ ਟੀਵੀ ਡਿਬੇਟ ਦੇ ਵਿੱਚ ਬਹੁਤ ਰੌਲਾ ਪੈਂਦਾ ਹੈਗਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਡਿਬੇਟ ਨੂੰ ਸੰਜੀਦਾ ਤਰੀਕੇ ਨਾਲ ਅੱਗੇ ਵਧਾਇਆ ਜਾਵੇ। ਸਿਆਸਤ ਇਸ ਵਿੱਚ ਹੈਗੀ ਹੈਗੀ ਆ, ਪਰ ਸਵਾਲ ਇਹ ਹੈਗਾ ਕਿ ਮੁਲਜ਼ਮ ਕੌਣ ਹੈਗਾ, ਦੋਸ਼ੀ ਕੌਣ ਹੈਗਾ, ਉਸ ਨੂੰ ਸਲਾਖਾਂ ਤੱਕ ਲੈ ਕੇ ਕੌਣ ਜਾਵੇਗਾ। ਸਵਾਲ ਇੱਥੇ ਆ ਕੇ ਰੁਕਿਆ ਹੈਗਾ ਜੋ ਚੋਣਾਂ ਆਉਂਦੀਆਂ ਉਦੋਂ ਰਾਮ ਰਹੀਮ ਦਾ ਜ਼ਿਕਰ ਵੀ ਹੋ ਰਿਹਾ। ਉਸ ਤੋਂ ਪਹਿਲਾਂ ਰਾਮ ਰਹੀਮ ਦਾ ਜ਼ਿਕਰ ਕੀਤਾ ਜਾਂਦਾ ਸੀਗਾ, ਪਰ ਇਹ ਕਿਹਾ ਜਾਂਦਾ ਸੀ ਵਾਰ ਵਾਰ ਜਦੋਂ ਵਾਰੀ ਆਊਗੀ ਦੇਖੀ ਜਾਊਗੀ। ਦੇਖ ਤੋਂ ਵਾਪਸ ਆ ਰਹੇ ਹਾਂ, ਸਵਾਲ ਕਿਉਂ ਪੁੱਛ ਰਿਹਾ ਬੈਬਲ ਕਲਾ ਤੋਂ ਕੋਟਪੁਰਾ ਗੋਲੀਕਾਂਡ ਦੀ ਜਾਂਚ ਨਾਲ ਵੋਟਾਂ ਕਿਉਂ ਚੋੜੀਆਂ ਜਾ ਰਹੀਆਂ ਨੇ? ਸਵਾਲ ਕੁਮਰਉਦਰ ਸਿੰਘ ਰਠੌਰ ਤੁਹਾਨੂੰ ਪੁੱਛਣਾ ਚਾਹੁੰਦਾ। ਤੁਸੀਂ ਸਾਰੇ ਲੋਕਾਂ ਨੇ ਸਵਾਲ ਇਹ ਪੁੱਛੇ ਸੀਗੇ ਕਿ ਇਹਨਾਂ ਨੇ ਐਫ ਆਈ ਆਰ ਦਰਜ ਨਹੀਂ ਕੀਤੀ, ਇਹਨਾਂ ਨੇ ਉਹਨਾਂ ਨੂੰ ਨਾਮਜ਼ਦ ਨਹੀਂ ਕੀਤਾ ਗਾ, ਹੁਣ ਤੁਸੀਂ ਕੀ ਜਵਾਬ ਦਿਓਗੇ? ਦੇਖੋ ਅਸੀਂ ਅੱਜ ਵੀ ਉਹੀ ਗੱਲ ਕਹਿ ਰਹੇ ਹਾਂ ਕਿ ਨਾਮਜ਼ਦ ਨਹੀਂ ਕੀਤਾ। ਤੁਸੀਂ ਐਫ ਆਈ ਆਰ ਦੀ ਲੈਂਗੁਏਜ ਪੜ੍ਹ ਲਓ, ਉਹਦੇ ਅੰਦਰ ਸਪੈਸੀਫਾਈ ਇਹ ਕੀਤਾ ਕਿ ਇੱਕ ਟੀਮ ਗਠਿਤ ਸੀ, ਉਹ ਚਰਨਜੀਤ ਸ਼ਰਮਾ ਦੇ ਅੰਡਰ ਕੰਮ ਕਰ ਰਹੀ ਸੀ ਉੱਥੇ, ਲੇਕਿਨ ਉਹਦੇ 'ਚ ਇਹ ਨਹੀਂ ਕਿਹਾ ਗਿਆ ਕਿ ਇਹ ਕੌਣ ਬੰਦਾ ਦੋਸ਼ੀ ਸੀਗਾ, ਕਿਹਨੇ ਗੋਲੀ ਚਲਾਈ, ਉਹਦੇ 'ਚ ਕੋਈ ਆਈਡੈਂਟੀਫਿਕੇਸ਼ਨ ਕਿਸੇ ਚੀਜ਼ ਦੀ ਨਹੀਂ ਹੈਗੀ। ਔਰ ਦੂਜੀ ਗੱਲ, ਚਲੋ ਮੈਂ ਮੰਨ ਲੈਂਦਾ, ਮੇਰੀ ਗੱਲ ਮੰਨ ਵੀ ਲੈਂਦੇ ਹਾਂ ਕਿ ਇਹ ਇਹਨਾਂ ਨੇ ਕੀਤਾ ਹੋਇਆ, ਲੇਕਿਨ ਉਸ ਤੋਂ ਬਾਅਦ ਅਗਰ ਇਹਨਾਂ ਨੂੰ ਪਤਾ ਸੀਗਾ ਇਹਨਾਂ ਨੇ ਕਾਰਵਾਈ ਕੀ ਕੀਤੀ ਹੈ ਉਹਦੇ ਉੱਤੇ, ਕੋਈ ਕਾਰਵਾਈ ਨਹੀਂ ਹੋਈ। ਔਰ ਇਹ ਮਨਤਵ ਸਿੰਘ ਬਰਾੜ ਦੀ ਵਾਰ ਵਾਰ ਗੱਲ ਕਰ ਰਹੇ ਹੈ, ਦੇਖੋ ਉਹਨਾਂ ਦਾ ਨਾਮ ਵੀ ਅੱਜ ਤੋਂ ਨਹੀਂ, ਬਹੁਤ ਦੇਰ ਤੋਂ ਪਹਿਲਾਂ ਉਹਦੇ ਅੰਦਰ ਚੱਲ ਰਿਹਾ। ਅਗਰ ਕਿਸੇ ਬੰਦੇ ਦਾ ਨਾਮ ਚੱਲ ਰਿਹਾ ਤਾਂ ਅਸੀਂ ਹੁਣ ਕਾਰਵਾਈ ਕਰ ਰਹੇ ਹਾਂ ਤਾਂ ਇਹਨਾਂ ਨੂੰ ਇਤਰਾਜ਼ ਹੋ ਰਿਹਾ ਉਸ ਚੀਜ਼ ਦਾ, ਬਰਾੜ ਸਾਹਿਬ ਦਾ? ਤਾਂ ਅਗਰ ਕੋਈ ਨਾਮ ਆਇਆ ਇਹਨਾਂ ਦਾ ਫਰਜ਼ ਸੀਗਾ ਉਸ ਟਾਈਮ ਕਾਰਵਾਈ ਕਰਨੀ, ਔਰ ਉੱਤੇ 100 ਬੰਦੇ ਸੀ, 200 ਸੀ, 500 ਸੀ ਪੁਲਿਸ ਵਾਲੇ, ਉਹ ਕਿਸੇ ਦੀ ਕੋਈ ਇਨਫੋਰਮੇਸ਼ਨ ਨਹੀਂ। ਮੈਂ ਆ ਰਿਹਾ ਗੁਦਾਰ ਸਾਹਿਬ ਤੁਹਾਡੇ ਕੋਲ, ਚੰਜੀ ਬਰਾੜ ਸਾਹਿਬ ਨੂੰ ਇੱਕ ਸਵਾਲ ਦਾ ਜਵਾਬ ਦਿਓ, ਇੱਕ ਮਿੰਟ ਰੁਕੋ, ਸਵਾਲ ਲੈਣਾ ਤੁਸੀਂ, ਸਪੈਸਿਫਿਕ ਜਵਾਬ ਦੇ ਦਿਓ, ਚੰਜੀ ਸ਼ਰਮਾ ਗੁਨੇਗਾਰ ਹੈ ਜਾਂ ਨਹੀਂ? ਮੈਨੂੰ ਸਪੈਸਿਫਿਕ ਜਵਾਬ ਦਿਓ। ਜਦੋਂ ਉੱਥੇ ਮੰਨ ਲਓ ਉਹਦੀ ਹਾਜ਼ਰੀ ਦੇ ਵਿੱਚ ਗੋਲੀ ਚੱਲੀ ਹੈ, ਉਹ ਘੱਟੋ ਘੱਟ ਜੇ ਉਹਦੇ ਕੋਲੋਂ ਨਹੀਂ ਚੱਲੀ ਤਾਂ ਜਿਹੜਿਆਂ ਨੂੰ ਆਈਡੈਂਟੀਫਾਈ ਕਰਾਉਣਾ ਬਣਦਾ ਸੀ ਇਹ ਉਹਦਾ ਫਰਜ਼ ਸੀ, ਕਿਉਂਕਿ ਬੀਂਗ ਏ ਆਫੀਸਰ ਵੀ ਫਰਜ਼ ਬਣਦਾ ਸੀ। ਇੱਕ ਗੱਲ ਮੈਂ ਕਲੀਅਰ ਕਰ ਦਿਆਂ, ਦੂਜੀ ਸ਼ਰਮਾ ਗੁਨੇਗਾਰ ਸੀ ਜਾਂ ਨਹੀਂ? ਆ ਤੱਥ ਲੁਕਾਉਣ 'ਚ ਹੋ ਸਕਦਾ ਗੋਲੀ ਕਿਹਨੇ ਚਲਾਈ ਹੈ, ਤਾਂ ਨਾ ਮੈਂ ਕਹਿ ਸਕਦਾ ਨਾ ਤੁਸੀਂ ਕਹਿ ਸਕਦੇ। ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦਿਓ, ਜੋ ਮਤਲਬ ਸਿੱਧਾ ਨਿਕਲ ਜਾਂਦੇ ਹੋ। ਮੈਂ ਇਹ ਕਹਿਣਾ ਵੀ ਚਲੋ ਸਾਡੇ ਵੇਲੇ ਨਹੀਂ ਇਹ ਫੜਿਆ ਗਾ, 2 ਸਾਲ ਇਹਨਾਂ ਨੇ ਲਾਤੇ ਜਦੋਂ ਵੋਟਾਂ ਆ ਗਈਆਂ ਹੁਣ ਫੜਨ ਲੱਗੇ ਆ, ਇਹਦਾ ਮਤਲਬ ਜਿਹਨਾਂ ਮਤਲਬ ਦੋਨਾਂ ਸਿਆਸਤ ਮਿਲੀ ਹੋਈ ਸੀ? ਨਹੀਂ ਨਹੀਂ, ਦੋਨਾਂ ਦੀ ਸਿਆਸਤ ਮਿਲੀ ਹੋਈ ਸੀ, ਇਹਦਾ ਮਤਲਬ ਇਹ ਹੀ ਹੈ ਕੇਬੀ ਜੀ ਗਲਤ ਪਾਸੇ ਗੱਲ ਨੂੰ ਲਈ ਜਾਂਦੇ ਹੋ। ਮੈਂ ਇਹ ਕਹਿਣਾ ਵੀ ਜੇ ਸਾਡੇ ਵੇਲੇ ਕਿਸੇ ਅਫਸਰ ਨੇ ਢਿੱਲ ਦਿੱਤੀ ਸੀ ਤੇ ਐਫ ਆਈ ਆਰ 'ਚ ਨਾਂ ਸੀਗਾ, ਉਹਨੂੰ ਉਦੋਂ ਦੇ ਸੱਦ ਕੇ ਪੁੱਛ ਲੈਂਦੇ, ਉਦੋਂ ਦੇ ਪੜਤਾਲ ਕਰ ਲੈਂਦੇ ਵੀ ਕੀ ਕਿੱਥੋਂ ਗੋਲੀ ਚੱਲੀ ਹੈ। ਕਲੀਅਰ ਇਹ ਆ, ਉਸ ਤੋਂ ਬਾਅਦ ਇਹਨਾਂ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ, ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਤਾਂ ਸਾਰੀ ਜਾਂਚ ਪੜਤਾਲ ਕੀਤੀ ਹੈ ਨਾ, ਉਸ ਜਾਂਚ ਨੂੰ ਇਹਨਾਂ ਨੇ ਕਿਉਂ ਨਹੀਂ ਮੰਨਿਆ, ਉਹਨੂੰ ਕਿਉਂ ਨਹੀਂ ਲਿਆ? ਜਵਾਬ ਲੈ, ਅੱਜ ਮੇਰੀ ਗੱਲ ਉਹ 2.5 ਘੰਟੇ ਚੀਫ ਸੈਕਟਰੀ ਦੇ ਨਹੀਂ, ਉਹ ਤੁਹਾਡੇ ਵਰਗਿਆਂ ਦੀਆਂ ਬਣਾਈਆਂ ਗੱਲਾਂ ਜੀ, ਉਹ ਵੀ ਮੈਂ ਤੁਹਾਨੂੰ ਸਪਸ਼ਟੀਕਰਨ ਦੇ ਦਿੰਦਾ। ਦੱਸੋ, ਪਹਿਲੀ ਗੱਲ ਉਹ 5 ਵਜੇ ਤੋਂ ਬਾਅਦ ਜਾਂਦੇ ਆ ਸੈਕਟਰੀਏਟ, ਮੈਂ ਇੱਕ ਤੁਹਾਨੂੰ ਕਲੀਅਰ ਕਰ ਦਿਆਂ, ਚੀਫ ਸੈਕਟਰੀ ਕੁਦਰਤੀ ਉਸ ਵੇਲੇ ਹੈ ਨਹੀਂਗਾ। ਇੱਕ ਜਿੰਨੀਆਂ ਜਸਟਿਸ ਜੋਰਾ ਸਿੰਘ ਰਿਪੋਰਟ ਦੀਆਂ ਫਾਈਂਡਿੰਗ ਹੈ ਕਿ ਉਸ ਪਰਿਵਾਰ ਨੂੰ ਮਾਲੀ ਮਦਦ ਦਿੱਤੀ ਜਾਵੇ, ਦਿੱਤੀ, ਉਸ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ, ਦਿੱਤੀ, ਉਹਨਾਂ ਨੇ ਜਿਹੜੀ ਗੋਲੀ ਦੇ ਮਾਮਲੇ 'ਚ ਉਹਨਾਂ ਨੇ ਵੀ ਇਹ ਕਿਹਾ ਵੀ ਜਿੰਨਾ 300 ਬੰਦਾ ਉੱਥੇ ਲੱਗਿਆ ਸੀ ਕਿਹਦੇ ਫਾਇਰ ਆਰਮ 'ਚ ਵਿੱਚੋਂ ਗੋਲੀ ਚੱਲੀ ਹੈ, ਇਹਦੇ ਲਈ ਸਪੈਸ਼ਲ ਟੀਮ ਗਠਿਤ ਕਰਕੇ ਸਾਰੇ ਵੈਪਨ ਚੈੱਕ ਕਰਾਏ ਜਾਣ, ਜੋ ਜੋ ਉਹਨਾਂ ਨੇ ਫਾਈਂਡਿੰਗ ਦਿੱਤੀਆਂ ਸਾਰੀਆਂ। ਗੱਲ ਮੁਕਾ ਦਿਓ, ਇੱਕ ਗੱਲ 'ਚ ਗੱਲ ਮੁਕਾ ਦਿਓ ਬਰਾੜ ਸਾਹਿਬ, ਤੁਸੀਂ ਅੱਜ ਵੀ ਐਸ ਆਈ ਟੀ ਨੂੰ ਦੱਸ ਦਿਓ ਵੀ ਭਾਈ ਕਿਹੜੇ ਕਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਉੱਥੇ ਫਾਇਰਿੰਗ ਕੀਤੀ ਹੈ, ਠੀਕ ਹੈ? ਕਿਉਂ ਅਸੀਂ ਕੋਈ ਭੇਜੇ ਸੀ? ਗੱਲ ਤਾਂ ਸੁਣ ਲਓ, ਐਵੇਂ ਤੁਸੀਂ ਬਰਾੜ ਸਾਹਿਬ ਗੱਲ ਤਾਂ ਸੁਣ ਲਓ, ਗਲਤ ਗੱਲ ਨਾ ਕਰੋ, ਤੁਸੀਂ ਐਸ ਚੇਅਰ ਤੇ
7-7 घंटे लगातार खुद जांच शामिल होया, जांच होर किवें करनी है जी, इन्होंने जांच नहीं करनी, बदनाम करना है, बदनाम और मोहरा बन रहे अफसर, मैं तुम दसा इस गल दे विच नहीं बनना चाहिए। मैं कहना उत्थे 300 बंदा सीगा, जे आई जी अज मौके दा जिहड़ा एसआईटी नूं चला रहा, एडीजीपी तां चला ही नहीं रहा, मैं तां इह कहूंगा जे आई जी जिहड़ा चला रहा उह 300 बंदे चों छांट ले, किहदे वैपन चों चली है अज तक, उन्हां ने इह क्यों नहीं छांटिया वी किहदे वैपन चों गोली चली है, आई जी नूं हुकम किहने दित्ते, चलो किस गल दे आई जी नूं हुकम, किस गल दे आई जी गोली गोली चलाउन दे, गोली चलाउन दे हुक्म कदे मुख्यमंत्री दिंदा, जिहड़े 22 बंदे साडे मर गए दा मतलब इहनां ते मुख्यमंत्री ते परचा कर दिओ, साडे ते वी कर दिओ, कोई इतराज़ नहीं सानूं, ਜਿਹੜੇ ਮੰਨ ਲਓ 5-6 ਬੰਦੇ ਪਿਛਲੀ ਸਰਕਾਰ 'ਚ ਮਰੇ ਸੀਗੇ ਉਹ ਵੀ ਕਰ ਦਿਓ ਫਿਰ, ਤੁਹਾਨੂੰ ਮਨਤਾਰ ਬਰਾੜ ਤੋਂ ਅੱਗੇ ਕਿਸੇ ਦੀ ਗ੍ਰਿਫਤਾਰੀ ਦਾ ਡਰ? ਮੈਂ ਕਿਹਾ ਜਿਹੜੇ ਮਰਜ਼ੀ ਗ੍ਰਿਫਤਾਰ ਕਰ ਲੈਣ, ਸ਼੍ਰੀਮਤੀ ਇੰਦਰਾ ਗਾਂਧੀ ਤੋਂ ਲਾ ਕੇ ਬਥੇਰੇ ਸਾਲਾਂ 'ਚ ਜੇਲ੍ਹਾਂ ਕੱਟੀਆਂ ਸੀ, ਜੇ ਪੋਲੀਟੀਕਲ ਤਰੀਕੇ ਨਾਲ ਕਰਨਾ ਚਾਹੁੰਦੇ ਆ, ਸਾਨੂੰ ਗੁਰੂ ਦੇ ਵਿੱਚ ਵਿਸ਼ਵਾਸ ਹੈ ਔਰ ਗੁਰੂ ਨੂੰ ਮੰਨਣ ਵਾਲੇ ਹੈਗੇ ਆ, ਗੁਰੂ ਆਪੇ ਸਜ਼ਾ ਦੇਗਾ ਜਿਹੜਾ। ਪਹਿਲਾਂ ਸਭ ਤੋਂ ਬਈ ਇਹ ਬਹੁਤ ਸੈਂਸਿਟਿਵ ਇਸ਼ੂ ਹੈ, ਸਿਆਸਤ ਬਹੁਤ ਮਾੜੀ ਗੱਲ ਹੈ, ਇੱਕ ਇਹਦੇ 'ਚ ਸਾਰੇ ਐਂਗਲ ਮਿਸ ਕਰ ਰਹੇ ਆ। ਜਦੋਂ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਹੋਈ ਆ, ਉਦੋਂ ਬਾਅਦ ਇੱਕ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਪੁਲਿਸ ਦੀ ਜਿਪਸੀ ਸੀ ਉਹਦੇ 'ਤੇ 12 ਬੋਰ ਨਾਲ ਇੱਕ ਫਾਇਰ ਹੋਏ ਆ, ਔਰ ਉਹ ਜਿਹੜੀ 12 ਬੋਰ ਸੀਗੀ, ਉਸ ਤੋਂ ਬਾਅਦ ਕੋਈ ਉੱਥੋਂ ਦੇ ਐਡਵੋਕੇਟ ਸੀਗੇ ਜਿਹੜੇ ਐਸੋਸੀਏਟ ਸੀਗੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਪਾਰਟੀ ਦੇ ਨਾਲ। ਦੇਖੋ ਉਹਦੇ ਵਿੱਚ ਇੱਕ ਚੀਜ਼ ਇਹ ਵੀ ਆਈ ਸੀਗੀ, ਹੁਣ ਜਿੱਥੋਂ ਤੱਕ ਗੱਲ ਆਉਂਦੀ ਹੈ ਬਈ ਇਹ ਜਿਹੜੀ ਐਫ ਆਈ ਆਰ ਹੈਗੀ ਹੈ ਅਨਆਡੈਂਟੀਫਾਈਡ ਪੁਲਿਸ ਆਫਿਸਰਸ ਤੇ ਹੋਈ ਹੈ ਜਾਂ ਕਿਵੇਂ, ਜਿਹੜਾ ਬੰਦਾ ਲੀਡ ਕਰ ਰਿਹਾ ਉਸ ਬੰਦੇ ਦੀ ਰਿਸਪੋਂਸੀਬਿਲਟੀ ਫਿਕਸ ਸੀਗੀ? ਜਿਹੜੇ ਚਰਨਜੀਤ ਸ਼ਰਮਾ ਉਦੋਂ ਮੌਕੇ ਦੇ SSP ਸੀ ਫਰੀਦਕੋਟ ਗਏ ਆ, ਉਹ ਉੱਥੋਂ ਜਿਹੜੇ ਬੰਦਿਆਂ ਨੂੰ ਲੈ ਕੇ ਗਏ ਆ ਉਹ ਆਇਡੈਂਟੀਫਾਈ ਤਾਂ ਹੁਣ ਤੱਕ ਹੋ ਜਾਣੇ ਚਾਹੀਦੇ ਸੀ। ਕੌਣ ਹੋਰ ਅਰੈਸਟ ਕੀਤਾ ਗਿਆ? ਕੋਈ ਉਹਨਾਂ ਦਾ ਗਨਮੈਨ ਜਾਂ ਕੋਈ ਹੋਰ ਬੰਦਾ ਇਹਦੇ ਵਿੱਚ ਆਇਆ? ਹਜੇ ਤੱਕ ਨਹੀਂ ਆਇਆ। ਫਿਰ 2 ਸਾਲ ਗੁਜ਼ਰਨ ਤੋਂ ਬਾਅਦ SSP ਸਾਹਿਬ ਨੂੰ ਹੁਣ ਅਰੈਸਟ ਕੀਤਾ ਗਿਆ, ਠੀਕ ਹੈ ਜੀ। ਫਿਰ ਸਾਰੀ ਜਿਹੜੀ ਹੈਗੀ ਹੈ, ਮੈਂ ਸਮਝਦਾ ਕਿ ਜਿਹੜੀ ਜਾਂਚ ਹੈ ਇਹ ਡੀਰੇਲ ਹੁੰਦੀ ਰਹੀ ਹੈ। ਜੇ ਕਮਿਸ਼ਨ ਬਣੇ ਹੈ, ਕਮਿਸ਼ਨ ਅੰਡਰ ਪ੍ਰੈਸ਼ਰ ਆਫ ਸਟੇਟ ਗੌਰਮੈਂਟ, ਜੇ ਆ CBI ਨੂੰ ਜਾਂਦੀ ਹੈ ਦੈਟ ਇਜ਼ ਅੰਡਰ ਪ੍ਰੈਸ਼ਰ ਆਫ ਸੈਂਟਰ ਗੌਰਮੈਂਟ। ਸੋ ਇਹ ਨਿਆਂ ਜਿਹੜਾ ਹੈਗਾ, ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਹੈ ਜਿਹੜੇ ਆਪਾਂ ਕਮਿਸ਼ਨ ਹੈ ਉਹ ਵੀ ਕਹਿ ਦਿੰਦੇ ਵੀ ਫੇਵਰੇਬਲ ਆਫ ਸਟੇਟ ਗੌਰਮੈਂਟ ਹੁੰਦੀ। ਨਹੀਂ, ਕਿਸੇ ਮੈਂ ਥੋੜ੍ਹਾ ਸਾ ਕਰਨੈਲ ਸਿੰਘ ਸਾਹਿਬ ਨੇ ਕਿਹਾ ਕਿ ਇਹ ਬੜਾਈ ਕਰਦੇ ਸੀ ਉਹਦੀ IG ਦੀ ਕਿ ਬੜਾ ਚੰਗਾ ਮੁੰਡਾ ਹੈ। ਦੇਖੀਏ ਅਫਸਰ, ਮੈਂ ਇਹਨਾਂ ਦਾ ਬਿਹੇਵੀਅਰ ਦੇਖੀਏ, ਮੈਂ ਹੁਣ ਕਹਿਣਾ ਮਾਸੀ ਕਿਸੇ ਅਫਸਰ ਨੂੰ ਨਾ ਮਾੜਾ ਕਹਿੰਦੇ ਨਾ ਕੁਛ ਚੰਗਾ ਕਹਿੰਦੇ। ਜੋ SIP ਮੀਨਸ ਇਹ ਕਲੈਕਟਿਵਲੀ 3 ਆਦਮੀਆਂ ਦੀ ਟੀਮ ਹੁੰਦੀ ਨੇ, ਔਰ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸੰਮਨ ਕੀਤਾ, ਬਿਹੇਵੀਅਰ ਉਹਦਾ ਦੇਖਣ ਜੋਗਾ ਸੀ। ਉਹ ਬਾਦਲ ਸਾਹਿਬ ਕਹਿੰਦੇ ਤੁਸੀਂ SIT ਬਣਾਓ, ਮੈਂ ਆਉਂਦਾ। ਉਹ ਕਹਿੰਦਾ ਨਾ, ਤੁਸੀਂ ਮੇਰੇ ਸਾਹਮਣੇ। ਕਹਿਣ ਦਾ ਮਤਲਬ ਇਹ ਚੀਜ਼ਾਂ ਚੰਗੀ ਨਹੀਂ ਹੁੰਦੀ। ਅਫਸਰ ਇਜ਼ ਨਾਟ ਏ ਪੋਲੀਟੀਸ਼ੀਅਨ। ਹੁਣ FIR ਅਫਸਰਾਂ ਨੂੰ ਡਰਾਇਆ ਜਾ ਰਿਹਾ? ਨਾ, ਜੇ ਮੈਨੂੰ ਬੜਾ ਮਤਲਬ, ਅਫਸਰ ਕਾਰਵਾਈ ਕਰਦੇ ਪਏ, ਉਹ ਕਹਿੰਦੇ ਅਸੀਂ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕਰ ਰਹੇ ਪਏ, ਸਾਡੇ ਕੋਲੇ ਪ੍ਰੋਪਰ ਪ੍ਰੂਫ ਹੈ ਕਿ ਅਸੀਂ ਉਹਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹਾਂ। ਆਪ ਜਿਹੜਾ ਕਿ ਇਨਵੈਸਟੀਗੇਸ਼ਨ ਗੱਲ ਹੋਵਾਂਗੀ, ਇਨਵੈਸਟੀਗੇਸ਼ਨ ਆਫੀਸਰ ਦੇ ਸਾਹਮਣੇ, ਇਨਵੈਸਟੀਗੇਸ਼ਨ ਆਫੀਸਰ ਦੇ ਸਾਹਮਣੇ ਕੋਈ ਮੁੱਖ ਮੰਤਰੀ ਨਹੀਂ ਹੁੰਦਾ, ਸਾਬਕਾ ਮੁੱਖ ਮੰਤਰੀ ਨਹੀਂ ਹੁੰਦਾ। ਪਰ ਕੀ ਮੌਂਦੀ ਹੈ ਨਾ, ਉਹ ਪਾਈਵਾਲ ਗਵਰਨਮੈਂਟ ਹਾਲਾਤ ਇੰਨੇ ਭੈੜੇ ਹੋ ਗਏ। ਪਿਛਲੇ ਸਾਲ ਦੀ ਇਹ ਗੱਲ ਯਾਦ ਹੋਵੇ, ਸੁਪਰੀਮ ਕੋਰਟ ਦੇ ਜੱਜਾਂ ਨੂੰ ਪ੍ਰੈਸ 'ਚ ਆਉਣਾ ਪੈ ਗਿਆ ਸੀ। ਠੀਕ ਠੀਕ ਹੈ, ਅਰਜੀ ਗੁਜ਼ਾਰਾ ਸਾਹਿਬ, ਮੈਨੂੰ ਇੱਕ ਚੀਜ਼ ਸਮਝਾਓ, ਟੈਕਨੀਕਲ ਚੀਜ਼ਾਂ ਤੁਸੀਂ ਜ਼ਿਆਦਾ ਸਮਝੋ, ਕਾਨੂੰਨੀ ਪ੍ਰਕਿਰਿਆ ਦਿੱਤਾ ਸੀ। ਜਿਹੜੀ FIR ਦੀ ਗੱਲ ਇਹ ਕਰਦੇ ਪਏ ਆ ਕਿ ਚਰਨਜੀਤ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਸੀਗੀ, ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਬਹੁਤ ਕਲੀਅਰ ਅਤੇ ਸਿੰਪਲ ਹੈ ਕਿ ਜਿੱਥੇ ਗੋਲੀ ਚੱਲੀ, ਪੁਲਿਸ ਦੀ ਫਾਇਰਿੰਗ ਹੋਈ, ਇਹਦੇ ਵਿੱਚ ਤਾਂ ਕੋਈ ਡਿਸਪਿਊਟ ਹੈ ਨਹੀਂ ਕਿ ਪੁਲਿਸ ਨੇ ਫਾਇਰਿੰਗ ਕੀਤੀ। ਉੱਥੇ ਜਿਹੜੀ ਟੀਮ ਲੱਗੀ ਸੀ ਉਹਨੂੰ ਉਹਦੀ ਨਿਗਰਾਨੀ ਹੇਠ ਚਰਨਜੀਤ ਸਿੰਘ ਦੀ ਸੀਗੀ, ਉਹਦੀ ਨਿਗਰਾਨੀ ਹੇਠ ਸੀ। ਹੁਣ ਪੁਲਿਸ ਦੇ ਸਿਪਾਹੀ ਸੀਗੇ, ਪੁਲਿਸ ਅਫਸਰ ਸੀਗੇ, ਕੋਈ ਭੀੜ ਤਾਂ ਹੈ ਨਹੀਂ ਸੀ। ਉਹ ਰਿਕਾਰਡ ਦੇ ਵਿੱਚ ਹੈਗਾ ਕਿ ਕੌਣ ਕੌਣ ਉੱਥੇ ਸੀ, ਪਹਿਲੀ ਗੱਲ। ਫਿਰ ਉਹਨਾਂ ਦੇ ਕੋਲ ਜਿਹੜੀ ਰਾਈਫਲਾਂ ਸੀਗੀਆਂ ਉਹ ਵੀ ਕੋਈ ਬਾਹਰੋਂ ਤਾਂ ਲੈ ਨਹੀਂ ਆਏ ਸੀ ਨਜਾਇਜ਼, ਉਹ ਤਾਂ ਸਰਕਾਰ ਨੇ ਦਿੱਤੀਆਂ ਸੀ, ਪੁਲਿਸ ਨੇ ਦਿੱਤੀਆਂ ਸੀ, ਉਹ ਹੀ ਸੀਗੀਆਂ, ਉਹਨਾਂ ਦੀ ਜਾਂਚ ਕੀਤੀ ਜਾ ਸਕਦੀ ਸੀ। 2015 ਦੇ ਜਦੋਂ ਹੋਇਆ ਤਾਂ ਉਹਨਾਂ ਹਥਿਆਰਾਂ ਦੀ ਜਾਂਚ ਤੁਰੰਤ ਕਰ ਲਿੱਤੀ ਜਾਂਦੀ, ਤੇ ਫੈਸਲ ਦੇ ਵਿੱਚ ਉਹ ਵੀ ਆ ਜਾਂਦਾ ਕਿ ਕਿਹਨੇ ਕਿਹੜੀ ਬੰਦੂਕ ਤੋਂ ਚੱਲੀ ਤੇ ਕਿਹਨੂੰ ਮਾਰਕ ਹੋਈ ਸੀ। ਇਹ ਵੀ ਆਇਆ ਕਿ ਬੁਲਟ ਟੈਂਪਰ ਕੀਤੇ ਗਏ। ਹਾਂ, ਇਹ ਵੀ ਨਹੀਂ ਹੋ ਸਕਦਾ ਨਾ ਕਿ ਇੱਥੇ 100 ਬੰਦੂਕਾਂ ਪਈਆਂ ਤੇ 100 ਸਿਪਾਹੀ ਕੋਈ ਵੀ ਚੁੱਕ ਕੇ ਲੈ ਗਿਆ, ਉਹ ਤਾਂ ਸਪੈਸੀਫਿਕ ਹੈ ਕਿਹਨੂੰ ਕਿਹੜੀ ਦਿੱਤੀ ਜਾ ਰਹੀ ਹੈ। ਸੋ ਬਹੁਤ ਆਸਾਨ ਸੀਗਾ, ਪਰ ਦਿੱਕਤ ਕਿਤੇ ਹੋਰ ਹੈ। ਦਿੱਕਤ ਇਹ ਹੈ ਕਿ ਸਾਡੀ ਭਾਸ਼ਾ ਵੇਖੋ, ਅਸੀਂ ਓਬਜੈਕਟਿਵਿਟੀ ਕਿਵੇਂ ਲੂਜ਼ ਕਰਦੇ ਹਾਂ। ਮੈਂ ਜਦੋਂ ਬਰਾੜ ਸਾਹਿਬ ਨੂੰ ਪੁੱਛਿਆ ਵੀ ਤੁਹਾਡੇ ਰਹਿੰਦਿਆਂ 2 ਸਾਲ ਦੇ ਵਿੱਚ ਕਾਰਵਾਈ ਕਿਉਂ ਨਹੀਂ ਹੋਈ, ਇਹਨਾਂ ਨੇ ਕਿਹਾ ਅਸੀਂ ਥੋੜ੍ਹੀ ਕਰਨੀ ਸੀ, ਉਹ ਤਾਂ ਪੁਲਿਸ ਨੇ ਕਰਨੀ ਸੀ। ਸਾਡੇ ਕਾਂਗਰਸ ਦੇ ਸਾਥੀ ਨੇ ਕਿਹਾ ਕਿ ਅਸੀਂ ਇਹ ਕਰ ਰਹੇ ਹਾਂ, ਮਤਲਬ ਜਿਹੜੀ ਪਾਰਟੀ ਕੁਝ ਕਰ ਰਹੀ ਉਹ ਕਹਿੰਦੀ ਅਸੀਂ ਕਰ ਰਹੇ ਹਾਂ, ਜਿਹੜੇ ਨਹੀਂ ਕਰ ਸਕੇ ਉਹ ਕਹਿੰਦੇ ਅਸੀਂ ਥੋੜ੍ਹੀ ਕਰਨਾ ਸੀ।
ਹੁਣ ਸਾਨੂੰ ਇਹ ਵੀ ਸ਼ਬਦਾਂ ਨੂੰ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਅਸੀਂ ਕਦੋਂ ਆਪਦੀ ਗੱਲ ਨੂੰ ਪਲਟ ਜਾਂਦੇ ਹਾਂ ਜਾਂ ਕਦੋਂ ਆਪਦੀ ਡਿਫੈਂਸ ਦੇ ਵਿੱਚ ਗੱਲ ਨੂੰ ਕਰ ਦਿੰਦੇ ਹਾਂ। ਤੀਜੀ ਗੱਲ, ਤੁਸੀਂ ਪੂਰੇ ਸਿਸਟਮ ਨੂੰ ਵੇਖੋ ਕੀ ਹੋ ਗਿਆ। ਜੁਡੀਸ਼ੀਅਲ ਕਮਿਸ਼ਨ ਬਣਦੇ ਨੇ, ਇੱਕ ਰਿਪੋਰਟ ਆਈ, ਦੂਜੀ ਰਿਪੋਰਟ ਆ ਗਈ। ਜੁਡੀਸ਼ੀਅਲ ਕਮਿਸ਼ਨ ਨੇ ਤਾਂ ਸਾਰੀ ਰਿਪੋਰਟਾਂ ਕਰਵਾ ਕੇ, ਜਾਂਚ ਕਰਵਾ ਕੇ ਰਿਪੋਰਟ ਦੇ ਵਿੱਚ ਕਿਉਂ ਨਹੀਂ ਦੇ ਦਿੱਤਾ ਕਿ ਆਹ ਮੇਰੇ ਕੋਲ ਰਿਪੋਰਟਾਂ ਆਈਆਂ ਨੇ? ਉਹ ਹੋਣਾ ਚਾਹੀਦਾ ਸੀ। ਫੈਕਟਸ ਨੂੰ ਹੋਰ ਪਿੱਛੇ ਜਾਓ, ਤੁਸੀਂ ਯਾਦ ਕਰੋ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਸੀ ਅਤੇ ਕੈਪਟਨ ਸਾਹਿਬ ਹਟੇ ਸੀ, ਉਸ ਤੋਂ ਬਾਅਦ ਕੈਪਟਨ ਸਾਹਿਬ ਵਿਦੇਸ਼ ਗਏ ਹੋਏ ਸੀ ਅਤੇ ਉਹਨਾਂ ਨੂੰ ਇੱਕ ਟ੍ਰਾਂਜਿਟ ਬੇਲ ਵੀ ਦਿੱਤੀ ਸੀ ਕਿ ਦਿੱਲੀ ਆਉਣ 'ਤੇ ਆਉਂਦੇ ਗ੍ਰਿਫਤਾਰ ਨਾ ਕਰ ਲਿਆ ਜਾਵੇ। ਉਹ ਕੌਣ ਜੱਜ ਸਾਹਿਬ ਸੀਗੇ? ਇਹ ਖੋਜ ਕਰ ਲਿਓ ਕੌਣ ਸੀ ਉਦੋਂ, ਅਤੇ ਫਿਰ ਕਮਿਸ਼ਨ ਦੇ ਵਿੱਚ ਕੌਣ ਲੋਕ ਆਏ? ਨਹੀਂ ਬੋਲ ਦਿਓ, ਨਾਮ ਬੋਲ ਦਿਓ। ਜਸਟਿਸ ਰਣਜੀਤ ਸਿੰਘ ਨੇ ਆਰਡਰ ਕੀਤਾ ਸੀ, ਜਸਟਿਸ ਰਣਜੀਤ ਸਿੰਘ ਨੇ ਆਰਡਰ ਕੀਤਾ ਸੀ, ਉਹ ਜਸਟਿਸ ਹੁਣ ਇੱਥੇ ਨੇ। ਇਸ ਕਰਕੇ ਜਦੋਂ ਮੇਰਾ ਕਹਿਣ ਦਾ ਮਤਲਬ ਹੈ, ਮੈਂ ਨਹੀਂ ਕਹਿੰਦਾ ਬਾਦਲ ਸਾਹਿਬ ਬਹੁਤ ਭਲੇ ਨੇ, ਮੈਨੂੰ ਤਾਂ ਲੱਗਦਾ ਪੰਜਾਬ ਦਾ ਬੇੜਾ ਗਰਕ ਵੀ ਕੀਤਾ ਉਹਨਾਂ ਨੇ, ਨਸ਼ੇ ਦਾ ਜਿੰਨਾ ਵਪਾਰ ਹੋਇਆ। ਬਟ ਕੋਈ ਵੀ ਆਫੀਸ਼ੀਅਲ ਹੋਵੇ, ਕੋਈ ਵੀ ਪੋਲੀਟੀਕਲ ਲੀਡਰ ਹੋਵੇ, ਕੋਈ ਵੀ ਇੰਪਲੋਈ ਹੋਵੇ, ਕੋਈ ਵੀ ਪ੍ਰਵਕਤਾ ਹੋਵੇ, ਕੋਈ ਵੀ ਪੋਲੀਟੀਕਲ ਕਿਤੇ ਸਪੋਸਟ 'ਤੇ ਨਾ ਹੋਵੇ ਬੰਦਾ ਵੀ ਹੋਵੇ, ਹੀ ਔਰ ਸ਼ੀ ਇਜ਼ ਅਕਾਊਂਟੇਬਲ ਐਂਡ ਵਨ ਸ਼ੁੱਡ ਬੀ ਰਿਸਪੋਂਸੀਬਲ। ਉਹਨੂੰ ਇੰਨਾ ਅਕਾਊਂਟੇਬਲ ਹੋਣਾ ਚਾਹੀਦਾ ਆਪਣੇ ਆਪ ਦੇ ਪ੍ਰਤੀ ਅਤੇ ਜਨਤਾ ਦੇ ਪ੍ਰਤੀ, ਹਰ ਗੱਲ ਨੂੰ ਜਾਂਚ ਕਰਨੀ ਚਾਹੀਦੀ ਹੈ। ਇਸ ਕਰਕੇ ਰਣਜੀਤ ਸਿੰਘ ਦੇ ਕਮਿਸ਼ਨ ਦੀ ਰਿਪੋਰਟ ਵੀ ਅੰਤਿਮ ਨਹੀਂ, ਉਹਦੀ ਵੀ ਕੋਖ ਹੋਣੀ ਚਾਹੀਦੀ ਹੈ। ਦੂਜੀ ਗੱਲ ਕਰਨੈਲ ਸਿੰਘ ਜੀ ਨੇ ਗੱਲ ਕੀਤੀ ਸੀ, ਮੈਂ ਇਸ ਕਰਕੇ ਥੋੜਾ ਪਿੱਛੇ ਲੈ ਜਾਣਾ ਚਾਹੁੰਦਾ। ਮੈਨੂੰ ਯਾਦ ਹੈ ਜਿਹੜਾ ਡੇਰੇ ਸੱਚੇ ਸੌਦੇ ਦਾ ਬਾਬਾ ਹੈ, ਗੁਰਮੀਤ ਸਿੰਘ, ਬਾਬਾ ਨਾ ਕਹੋ, ਬਾਬਾ ਨਾ ਕਹੋ, ਬਲਾਤਕਾਰੀ ਤੇ ਕਾਤਲ ਕਹੋ। ਮੈਂ ਸਰ ਤੁਸੀਂ ਤਾਂ ਹੁਣ ਕਹਿਣਾ ਸ਼ੁਰੂ ਕੀਤਾ ਜਦੋਂ ਸਜ਼ਾ ਹੋ ਗਈ, ਮੈਂ ਤਾਂ 2002 ਤੋਂ ਕਹਿਣਾ, ਮੈਂ ਉਸ ਤੋਂ ਪਹਿਲਾਂ ਦੀ ਗੱਲ ਕਰ ਰਿਹਾ। ਕਾਂਗਰਸ ਦਾ ਇੱਕ ਲੀਡਰ ਹੁੰਦੇ ਸੀ ਜਗਮੀਤ ਸਿੰਘ ਬਰਾੜ, ਉਹ ਸਰਸੇ ਗਏ, ਡੇਰੇ 'ਚ ਗਏ, ਮੱਥਾ ਟੇਕ ਕੇ ਆਏ, ਛਤਰਪਤੀ ਨੇ ਇੰਟਰਵਿਊ ਕੀਤਾ ਅਤੇ ਛਤਰਪਤੀ ਨੇ ਸਵਾਲ ਪੁੱਛਿਆ ਕਿ ਇੱਕ ਸੱਚਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਕਿਸੇ ਜਿੰਦਾ ਬੰਦੇ ਨੂੰ ਮੱਥਾ ਟੇਕਦਾ ਹੈ? ਇਹ ਸਵਾਲ ਸੀ ਜਿਹਨੇ ਉਹ ਡੇਰੇ ਦੇ ਇਸ ਬਲਾਤਕਾਰੀ ਨੂੰ, ਇਸ ਅਪਰਾਧੀ ਨੂੰ ਉਹਦੇ ਖਿਲਾਫ ਖੜਾ ਕਰਤਾ। ਉਸ ਤੋਂ ਬਾਅਦ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਇਹਨੂੰ ਬਚਾਉਣ ਵਾਲੇ ਛਤਰਪਤੀ ਦੇ ਮੁੰਡੇ ਅੰਸ਼ੁਲ ਛਤਰਪਤੀ ਨੇ ਪ੍ਰੈਸ ਕਲੱਬ ਦੇ ਵਿੱਚ ਕਿਹਦਾ ਨਾਂ ਲੈ ਕੇ ਕਿਹਾ ਸੀ, ਕੌਣ ਮੁੱਖ ਮੰਤਰੀ ਰਹੇ, ਕਿਹਨਾਂ ਦੀ ਧਰਮਪਤਨੀ ਸੀ, ਸਾਂਸਦ ਸੀ, ਅਤੇ ਉਹਨਾਂ ਨੇ ਕਿਵੇਂ ਕਿਵੇਂ ਮਦਦ ਕੀਤੀ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਸ ਬਲਾਤਕਾਰੀ ਨੂੰ ਕਿਹੜੀ ਕਿਹੜੀ ਪਾਰਟੀਆਂ ਨੇ ਕਿਸ ਕਿਸ ਤਰ੍ਹਾਂ ਬਚਾਇਆ, ਜਾਂਚ ਉਹਦੀ ਹੋਣੀ ਚਾਹੀਦੀ ਹੈ, ਗੱਲ ਉਹਦੀ ਹੋਣੀ ਚਾਹੀਦੀ। ਕੁੱਲ ਮਿਲਾ ਕੇ ਰਾਜੀਵ ਗਾਂਧੀ ਤੁਸੀਂ ਕਹਿ ਰਹੇ ਹੋ, ਤੁਸੀਂ ਤਾਂ ਛਤਰਪਤੀ ਦੇ ਬਹੁਤ ਕਰੀਬੀ ਦੋਸਤ ਰਹੇ ਹੋ ਰਾਜੀਵ ਗਾਂਧੀ ਸਾਹਿਬ, ਤੁਸੀਂ ਕੁੱਲ ਮਿਲਾ ਕੇ ਗੱਲ ਕਹਿ ਰਹੇ ਹੋ ਕਿ ਡੇਰਾ ਮੁਖੀ ਤੋਂ ਪੁੱਛ ਕੇ ਛੋਵੇਗੀ ਸਾਰੀਆਂ ਕੜੀਆਂ ਜੁੜ ਜਾਣਗੀਆਂ? ਨਹੀਂ, ਮੈਂ ਨਹੀਂ ਕਹਿ ਰਿਹਾ, ਮੈਂ ਇਸ ਕਰਕੇ ਨਹੀਂ ਕਹਿ ਰਿਹਾ, ਮੈਨੂੰ ਨਹੀਂ ਪਤਾ ਕਿ ਪੁਲਿਸ ਨੇ ਜਦੋਂ ਕਿਹਾ ਸੀ ਉਹਨੂੰ ਬੁਲਾ ਰਹੇ ਹਾਂ ਤੇ ਉਹ ਕੀ ਕਹਿ ਰਹੀ। ਜਿਵੇਂ ਬਰਾੜ ਸਾਹਿਬ ਦਾ ਜਿਹੜੇ ਵਿਧਾਇਕ ਨੇ, ਇਹਨੇ ਬਰਾੜ ਸਾਹਿਬ ਨੇ ਦੱਸਿਆ ਕਿ ਉਹਨਾਂ ਨੂੰ ਕਿਹਾ ਜਾ ਰਿਹਾ, ਉਹਨਾਂ ਨੂੰ ਫੋਨ ਕੀਤਾ, ਹੋ ਸਕਦਾ ਉਹਦੇ ਵਿੱਚ ਇਹ ਹੋਵੇ ਕਿ ਉਦੋਂ ਉਹਨਾਂ ਨੇ ਫੋਨ ਇਹ ਕੀਤਾ ਕਿ ਵੀ ਹੁਣ ਤੁਸੀਂ ਉਹਨੂੰ ਸਖਤੀ ਨਾਲ ਨਿਪਟੋ। ਜੇ ਇਹ ਗੱਲ ਹੈ ਤਾਂ ਆਰੋਪ ਬਣਦਾ ਹੈ, ਜੇ ਇਹ ਗੱਲ ਨਹੀਂ ਗਈ ਉਸ ਗੱਲ ਦੇ ਵਿੱਚ ਤਾਂ ਆਰੋਪ ਨਹੀਂ ਬਣੇਗਾ। ਇਸੇ ਤਰ੍ਹਾਂ ਜੇ ਇਸ ਰਾਮ ਰਹੀਮ ਨੇ ਜੇ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਕਿ ਭੀੜ ਦੇ ਉੱਤੇ ਉਹਨੂੰ ਸਖਤੀ ਨਾਲ ਨਿਪਟਿਆ ਜਾਵੇ, ਗੋਲੀ ਚਲਾ ਦਿੱਤੀ ਜਾਵੇ, ਚੀਜ਼ਾਂ ਜੁੜੀਆਂ ਹੋਈਆਂ ਅਰਜੀ ਬਦਰ ਸਾਹਿਬ, ਨਹੀਂ ਫਾਇਰਿੰਗ ਦੀ ਗੱਲ ਦੇ ਨਾਲ ਇਸ ਤਰ੍ਹਾਂ ਜੁੜੇਗੀ, ਮਾਫੀਨਾਮੇ ਦੀ ਜਿਹੜੀ ਗੱਲਾਂ ਨੇ ਉਹਦੇ ਪਿੱਛੇ ਹੋਰ ਬਹੁਤ ਸਾਰਾ ਕੁਝ ਜੁੜੇਗਾ। ਚਲੋ ਇਸ ਕਰਕੇ ਉਹ ਡਿਫਰੈਂਟ ਇਸ਼ੂ ਉਹਦੀ ਉਸ ਤਰ੍ਹਾਂ ਜਾਂਚ। ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ, ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚੀਜ਼ਾਂ ਜਿਹੜੀਆਂ ਉਹ ਸਹੀ ਤਰੀਕੇ ਨਾਲ ਅੱਗੇ ਵੱਧ ਸਕਣ। ਬਲਾਤਕਾਰੀ ਰਾਮ ਰਹੀਮ ਕਿਹੜੇ ਰਾਜ ਖੋਲੇਗਾ? ਕੀ ਰਾਮ ਰਹੀਮ ਦਾ ਨਾਮ ਉਛਾਲ ਕੇ ਸਾਰੀ ਜਾਂਚ ਨੂੰ ਕਿਤੇ ਹੋਰ ਪਾਸੇ ਤਾਂ ਨਹੀਂ ਲਿਆ ਜਾ ਰਿਹਾ, ਜਾਂ ਰਾਮ ਰਹੀਮ ਹੀ ਸਭ ਤੋਂ ਵੱਡਾ ਦੋਸ਼ੀ ਹੈ ਇਸ ਮਾਮਲੇ ਦੇ ਵਿੱਚ? ਬਲਾਤਕਾਰੀ ਰਾਮ ਰਹੀਮ ਦੇ ਬਾਰੇ ਜੇ ਜਾਂਚ ਟੀਮ ਨੂੰ ਉਸ ਦੀ ਮੌਜੂਦਗੀ ਚਾਹੀਦੀ ਹੈਗੀ ਹੈ ਤਾਂ ਰਾਮ ਰਹੀਮ ਕਿਹੜੇ ਰਾਜ ਖੋਲੇਗਾ? ਬ੍ਰੇਕ ਤੋਂ ਵਾਪਸ ਆ ਕੇ ਫਿਰ ਸਵਾਲ ਹੋਣਗੇ ਜ਼ਰੂਰ। ਬਹਿਬਲ ਕਲਾਂ ਤੋਂ ਕੋਟਪੁਰਾ ਗੋਲੀਕਾਂਡ ਤੱਕ ਦੀ ਜਾਂਚ ਨਾਲ ਵੋਟਾਂ ਕਿਉਂ ਜੋੜੀਆਂ ਨੇ? ਆ ਰਹੇ ਚੰਦੀ ਬਰਾਟ ਆ ਰਿਹਾ ਕਨਾਸਰ ਪੀਰ ਅਹਿਮਦ, ਇੱਕ ਸਵਾਲ ਦਾ ਮੈਨੂੰ ਇਹ ਜਵਾਬ ਦਿਉ, ਜਦੋਂ ਤੁਹਾਡੀ ਜਿਹੜੀ ਪਾਰਟੀ ਵੱਖਰੀ ਬਣੀ ਹੈਗੀ ਹੈ, ਤੁਸੀਂ ਵੱਖ ਹੋਏ, ਤੁਸੀਂ ਬੜੇ ਸਵਾਲ ਚੁੱਕੇ ਸ਼੍ਰੋਮਣੀ ਅਕਾਲੀ ਦਲ ਤੋਂ। ਸਵਾਲ ਇਹ ਹੈਗਾ ਕਿ ਤਖ਼ਤ ਦੇ ਜਥੇਦਾਰ ਰਹੇ ਗਿਆਨੀ ਇਕਬਾਲ ਸਿੰਘ, ਇਸ ਤੋਂ ਇਲਾਵਾ ਚਾਹੇ ਗਿਆਨੀ ਗੁਰਮੁਖ ਸਿੰਘ ਖਰਾ ਦੀ ਗੱਲ ਕਰੋ, ਚਾਹੇ ਜਿਨ੍ਹਾਂ ਦੀ ਵੀ ਗੱਲ ਕਰੋ, ਅੰਦਰੋਂ ਜਿਹੜੀਆਂ ਆਵਾਜ਼ਾਂ ਉੱਠਦੀਆਂ ਪਈਆਂ ਪੋਲੀਟੀਕਲ ਆਵਾਜ਼ਾਂ ਸਿਰਫ? ਦੇਖੋ ਲੋਕਾਂ ਦੇ ਵਿੱਚ ਤਾਂ ਇਹਦਾ ਕੁਝ ਵੀ ਅਰਥ ਕੱਢੇ ਜਾ ਸਕਦੇ ਆ, ਪਰ ਜਿਵੇਂ ਜਦੋਂ ਅਸੀਂ ਇਹਦੇ ਵਿੱਚ ਪ੍ਰਵੇਸ਼ ਕੀਤਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ, ਅਤੇ ਅਸੀਂ ਉਹਨਾਂ ਜਥੇਦਾਰਾਂ ਨਾਲ ਗੱਲ ਕੀਤੀ ਕਿ ਤੁਹਾਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ, ਇਹਦੇ ਨਾਲ ਕਿੰਨਾ ਨਹੀਂ, ਫਿਰ ਉਹਨਾਂ ਤੋਂ ਪੁੱਛਗਿੱਛ ਕਿਉਂ ਨਹੀਂ ਹੋਣੀ ਚਾਹੀਦੀ? ਮੇਰੀ ਗੱਲ ਤਾਂ ਜਿਹੜੇ ਜਥੇਦਾਰ ਉਦੋਂ ਚੁੱਪ ਰਹੇ ਉਹਨਾਂ ਤੋਂ ਪੁੱਛਗਿੱਛ ਕਿਉਂ ਨਹੀਂ ਹੋਣੀ ਚਾਹੀਦੀ? ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਜੀ ਅਸੀਂ ਜਿਹੜੀ ਇਹਨਾਂ ਦੀ ਇੱਕ ਕੋਰ ਕਮੇਟੀ ਬਣੀ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ, ਉਹਦੇ ਵਿੱਚ ਅਸੀਂ ਆਪਣੀ ਗੱਲ ਰੱਖਦੇ ਰਹੇ ਹਾਂ, ਉਹਦੇ ਵਿੱਚ ਅਸੀਂ ਸਾਰਾ ਕੁਝ। ਪੀਰ ਮਸਾ ਮੇਰਾ ਸਵਾਲ ਨਹੀਂ ਤੁਸੀਂ ਸਮਝਿਆ, ਪੀਰ ਮਸਾ ਮੇਰਾ ਸਵਾਲ ਇਹ ਹੈਗਾ ਕਿ ਉਹ ਪੰਥ ਦੇ ਨੁਮਾਇੰਦੇ ਰਹੇ ਹੈਗੇ ਆ,
ਜੇ ਮੇਰਾ ਸਵਾਲ ਤੁਹਾਨੂੰ ਸਮਝ ਆ ਰਿਹਾ ਤਾਂ ਮੈਂ ਮਾਫੀਨਾਮੇ ਦੀ ਗੱਲ ਕਰ ਰਿਹਾ ਉਦੋਂ ਕਿਉਂ ਚੁੱਪ ਰਹੇ ਹੋ ਲੋਕ ਨਹੀਂ ਬਿਲਕੁਲ ਉਹਨਾਂ ਦੀ ਜਾਂਚ ਪੜਤਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਬਟ ਪੋਲੀਟੀਕਲੀ ਉਹਨਾਂ ਨੂੰ ਪੋਲੀਟੀਕਲੀ ਕਿਵੇਂ ਵੇਖਿਆ ਜਾਵੇ ਹਾਂ ਪੋਲੀਟੀਕਲੀ ਦੇਖੋ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਨਹੀਂ ਉਹ ਜਿਹੜੇ ਲੀਡਰ ਜੇ ਹੁਣ ਆਰੋਪ ਚੁੱਪ ਰਹੇ ਤੇ ਉਹਨਾਂ ਨੂੰ ਪੋਲੀਟੀਕਲੀ ਉਹਨਾਂ ਦੀ ਉਹਨਾਂ ਦੀ ਪਰਸਨੈਲਿਟੀ ਨੂੰ ਉਹਨਾਂ ਦੀ ਪੋਲੀਟੀਕਲ ਅਪਰੋਚ ਨੂੰ ਕਿਵੇਂ ਵੇਖਿਆ ਜਾਵੇ ਉਹ ਇਹੋ ਗੱਲ ਕਰ ਰਹੇ ਨੇ ਕਿ ਅਸੀਂ ਆਪਣੀ ਆਵਾਜ਼ ਉਠਾਉਂਦੇ ਰਹੇ ਔਰ ਅਸੀਂ ਉਦੋਂ ਸਵਾਲ ਉਠਾਇਆ ਜਿੱਦਣ 15 ਬੰਦੇ ਰਹਿ ਗਏ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਿਰਫ 15 MLA ਰਹਿ ਗਏ ਅਸੀਂ ਉਦੋਂ ਬਾਦਲ ਸਾਹਿਬ ਦੇ ਸਾਹਮਣੇ ਬੈਠ ਕੇ ਕਿਹਾ ਕਿ ਆ ਸਾਰਾ ਨੁਕਸਾਨ ਕਰਨੀ ਇਹ ਪਾਰਟੀ ਪ੍ਰਧਾਨ ਜ਼ਿੰਮੇਵਾਰ ਹੈ ਚੰਜੀ ਬਰਾੜ ਜਿਹੜੇ ਤੁਹਾਡੇ ਅੰਦਰੋਂ ਆਵਾਜ਼ਾਂ ਉੱਠਦੀਆਂ ਹੈਗਾ ਤੁਸੀਂ ਵਿਰੋਧੀਆਂ ਨੂੰ ਜੋ ਮਰਜ਼ੀ ਕਹਿ ਲਓ ਜਿਹੜੇ ਤੁਹਾਡੇ ਅੰਦਰੋਂ ਆਵਾਜ਼ਾਂ ਉੱਠਦੀਆਂ ਹੈਗੀਆਂ ਉਹਨਾਂ ਨੂੰ ਕੀ ਜਵਾਬ ਦੋਗੇ ਅੰਦਰੋਂ ਕਿਹੜੇ ਦੀ ਗੱਲ ਕਰਦੇ ਨਾ ਲੈ ਕੇ ਪੁੱਛੋ ਨਾ ਮੈਨੂੰ ਕੀ ਮੈਂ ਗਿਆਨੀ ਇਕਬਾਲ ਸਿੰਘ ਦਾ ਜ਼ਿਕਰ ਕਰ ਰਿਹਾ ਨਹੀਂ ਗਿਆਨੀ ਇਕਬਾਲ ਸਿੰਘ ਤਾਂ ਇੱਥੇ ਕੀ ਉਹ ਤਾਂ ਗਿਆਨੀ ਇਕਬਾਲ ਸਿੰਘ ਹੁਣ ਉੱਥੇ SIT ਦੇ ਅੱਗੇ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਇਆ ਕੀ ਕਹੋਗੇ ਹੁਣ ਤੁਸੀਂ ਨਹੀਂ ਸ਼ਾਮਲ ਕਦੋਂ ਹੋਏ ਨਹੀਂ ਹੋਏ ਉਹਨਾਂ ਦਾ ਕੋਈ ਪੁੱਛਗਿੱਛ ਨਹੀਂ ਹੋਈ ਉਹਨਾਂ ਨੇ ਆਪਦਾ ਸਾਰਾ ਮੇਰੀ ਇੱਕ ਬੇਨਤੀ ਸੁਣ ਉਹਨਾਂ ਨੇ ਬਿਆਨ ਦਰਜ ਨਹੀਂ ਕਰਾਇਆ ਉਹਦੇ ਮੈਨੂੰ ਜਿੱਥੋਂ ਤੱਕ ਗਿਆਨ ਹੈ ਮੈਂ ਹੋ ਸਕਦਾ ਮੈਨੂੰ ਨਾ ਪਤਾ ਹੋਵੇ ਕਿਸੇ ਵੀ ਤਖਤ ਦੇ ਜਥੇਦਾਰ ਸਹਿਬਾਨ ਕਿਸੇ SIT ਦੇ ਮੂਹਰੇ ਪੇਸ਼ ਨਹੀਂ ਪਰ ਐਕਸ ਜਥੇਦਾਰ ਦੀ ਪੁੱਛਗਿੱਛ ਨਹੀਂ ਐਕਸ ਦੀ ਵੀ ਨਹੀਂ ਐਕਸ ਦੀ ਵੀ SIT ਦੇ ਸਾਹਮਣੇ ਨਹੀਂ ਹੋਈ ਸਿਰਫ ਉਹ ਦੂਜੇ ਹੋਏ ਸੀਗੇ ਜਿਹੜੇ ਤਲਵੰਡੀ ਸਾਹਿਬ ਉਹਦੇ ਸਾਬਕਾ ਜਥੇਦਾਰ ਨੇ ਉਹਨਾਂ ਨੇ ਵੀ ਸਪਸ਼ਟ ਕਰਤਾ ਸੀ ਕਿ ਮੈਨੂੰ ਕਿੱਥੇ ਦਸਤਖਤ ਕਰਾਏ ਗਏ ਸੀ ਸਾਰਾ ਕੁਝ ਉਹ ਵੀ ਸਾਰਾ ਕਲੀਅਰ ਹੋ ਗਿਆ ਮੈਂ ਦੂਜੀ ਮੈਂ ਬੇਨਤੀ ਕਰਦਿਆਂ ਜਿਹੜੀ ਪੀਰ ਮੁਹੰਮਦ ਸਾਹਿਬ ਨੇ ਕਿਹਾ ਕਿ ਅਸੀਂ ਵਾਰੀ ਵਾਰੀ ਸਵਾਲ ਉਠਾਉਂਦੇ ਰਹੇ ਹਾਂ ਤੁਸੀਂ ਮਾਫੀ ਵਾਲੀ ਗੱਲ ਕੀਤੀ ਆ ਉਹ ਪੂਰਾ ਸ਼ਾਇਦ ਜਵਾਬ ਦੇ ਨਹੀਂ ਸਕੇ ਪਰ ਉਹਨਾਂ ਨੇ ਆਪਦੀ ਮਨਸ਼ਾ ਕਲੀਅਰ ਕੀਤੀ ਵੀ ਉਹ ਕਹਿੰਦੇ ਅਸੀਂ ਆਵਾਜ਼ ਉਠਾਉਂਦੇ ਰਹੇ ਹਾਂ ਅਤੇ ਮਾਫੀ ਦੇ ਮੁੱਦੇ 'ਤੇ ਸਿੱਕੀ ਜਿਹੜਾ MLA ਕਾਂਗਰਸ ਦਾ ਉਹਨੇ ਤਾਂ ਰਿਜ਼ਾਈਨ ਕੀਤਾ ਅਤੇ ਬ੍ਰਹਮਪੁਰਾ ਸਾਹਿਬ ਨੇ ਆਪਦੇ ਮੁੰਡੇ ਨੂੰ ਉੱਥੋਂ MLA ਲੜਾਇਆ ਜੇ ਆਵਾਜ਼ ਉਠਾਉਣ ਵਾਲੀ ਗੱਲ ਹੁੰਦੀ ਤਾਂ ਜਿਵੇਂ ਉਹ ਪਾਸੇ ਉਹ ਛੱਡ ਕੇ ਪਾਸੇ ਹੋਇਆ ਸੀ ਅਤੇ ਇਹ ਲੜਾਉਂਦੇ ਹੀ ਨਾ ਇਸ ਕਰਕੇ ਇਹ ਸਾਰੀਆਂ ਪੋਲੀਟੀਕਲ ਗੱਲਾਂ ਨੇ ਮੈਨੂੰ ਇੱਕ ਗੱਲ ਦਾ ਇਤਰਾਜ਼ ਹੈ ਬੜੇ ਸਖਤ ਲਫ਼ਜ਼ ਗੁੰਦਾਰਾ ਸਾਹਿਬ ਨੇ ਵਰਤਿਆ ਪਤਾ ਨਹੀਂ ਕਿਸ ਲਹਿਜੇ ਜਾਂ ਕਿਸ ਗੁੱਸੇ 'ਚ ਆ ਕੇ ਵਰਤਿਆ ਕਿ ਬਾਦਲ ਸਾਹਿਬ ਨੇ ਬੇੜਾ ਗਰਕ ਪੰਜਾਬ ਦਾ ਕਰਤਾ ਜੇ ਬਾਦਲ ਸਾਹਿਬ ਨੇ ਬੇੜਾ ਗਰਕ ਪੰਜਾਬ ਦਾ ਕੀਤਾ ਹੁੰਦਾ ਤਾਂ ਪਹਿਲੀ ਗੱਲ ਤਾਂ ਸਰਕਾਰ ਰਿਪੀਟ ਨਾ ਕਰਦੀ 5 ਵਾਰੀ ਮੁੱਖ ਮੰਤਰੀ ਬਣੇ ਨੇ ਉਹ ਚੁਣ ਕੇ ਨਾ ਕਿ ਕੋਈ ਸੈਂਟਰ ਗੌਰਮੈਂਟ ਨੇ ਜਾਂ ਕਿਸੇ ਨੇ ਕੋਈ ਅਪੁਆਇੰਟ ਕੀਤੇ ਸੀਗੇ ਇੱਕ ਜੇ ਬਿਜਲੀ ਫ੍ਰੀ ਦੇਣਾ ਜੇ ਗਰੀਬਾਂ ਨੂੰ ਸਹੂਲਤਾਂ ਦੇਣੀਆਂ ਕਿਰਪਾ ਕਰਕੇ ਸਿੱਧੇ ਤੌਰ ਤੇ ਐਡੀ ਵੱਡੀ ਗੱਲ ਹੈ ਐਡੇ ਵੱਡੇ ਬੰਦੇ ਦੇ ਲਈ ਕਹਿਣੀ ਇਹ ਮਾੜੀ ਗੱਲ ਹੈ ਪਤਾ ਨਹੀਂ ਤੁਸੀਂ ਕਿਉਂ ਕਿਸਤਾ ਭੜਕ ਜਾਵਾਂਗੇ ਡਿਬੇਟ ਤੋਂ ਰਹਿਣ ਦੋ ਛੱਡੋ ਪਰਾਂ ਪਲੀਜ਼ ਗੁਦਾਰਾ ਸਾਹਿਬ ਦੇਖੋ ਮੈਂ ਇੱਕ ਗੱਲ ਕਵਾਂ ਕਿ ਇਹ ਕੜੀਆਂ ਜਿਹੜੀਆਂ ਜਿਵੇਂ ਹੁਣ SIT ਨੇ ਜੋੜੀਆਂ ਜਾਂ ਜੁੜੀਆਂ ਉਹਦੇ ਤੋਂ ਇਹ ਲੱਗਦਾ ਕਿ ਡੇਰਾ ਪ੍ਰੇਮੀਆਂ ਨੇ ਸਾਰਾ ਕੁਝ ਕੀਤਾ ਜੋ ਜਿਹੜੇ ਨੇ ਬੰਦੇ ਫੜ ਕੇ ਪੇਸ਼ ਕੀਤੇ ਮੈਂ ਸਵਾਲ ਹੋਰ ਕੀਤਾ ਸੀ ਤੁਸੀਂ ਗੋਲ ਮਜਵਾ ਫਿਰ ਤੁਸੀਂ ਇਸ ਮੈਂ ਸਵਾਲ ਬੜਾ ਸਿੰਪਲ ਕੀਤਾ ਡੇਰਾ ਮੁਖੀ ਦੀ ਮਾਫੀਨਾਮਾ ਨਾ ਹੁੰਦਾ ਤੇ ਸਭ ਕੁਝ ਨਾ ਹੁੰਦਾ ਤੁਸੀਂ ਇੱਕ ਗੱਲ ਮੇਰੀ ਇੱਕ ਗੱਲ ਸਮਝੋ ਕਿ ਜੇ ਮਾਫੀਨਾਮੇ ਵਾਲੀ ਗੱਲ ਹੁੰਦੀ ਤਾਂ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੇ ਨੁਕਸਾਨ ਕਿਉਂ ਕਰਦੇ ਉਹ ਜਿਹੜੇ ਲੋਕ ਨੇ ਜਿਹੜੇ ਆਸਤਿਕ ਲੋਕ ਨੇ ਜਿਹੜੇ ਨੂੰ ਜਿਹਨਾਂ ਨੂੰ ਕਿਸੇ ਗ੍ਰੰਥ ਸਾਹਿਬਾਨ ਦੇ ਵਿੱਚ ਵਿਸ਼ਵਾਸ ਹੀ ਨਹੀਂ ਇਹ ਤਾਂ ਉਹ ਲੋਕ ਕੰਮ ਕਰਨ ਵਾਲੇ ਸੀਗੇ ਇਸ ਕਰਕੇ ਜੇ ਰਾਮ ਰਹੀਮ ਦੀ ਕੋਈ ਭੂਮਿਕਾ ਨਹੀਂ ਹੈ ਇਸ ਮਾਮਲੇ ਹੋ ਸਕਦੀ ਹੈ ਸਾਨੂੰ ਕੀ ਅਸੀਂ ਕੀ ਕਹਿ ਸਕਦੇ ਹਾਂ ਜਾਂਚ ਕਰੇ ਅਸੀਂ ਤਾਂ ਮੌੜ ਬੰਬ ਕਾਂਡ ਦੀ ਵੀ ਜਾਂਚ ਕਰੇ ਸਰਕਾਰ ਕਿਉਂ ਨਹੀਂ ਕਰਦੀ 5 ਬੰਦੇ ਉੱਥੇ ਵੀ ਮਰੇ ਆ ਉਹ ਕਿਉਂ ਜਾਂਚ ਕਰਦੇ ਜਵਾਬ ਦਿੱਤਾ ਚੰਦ ਸਿੰਘ ਬਰਾੜ ਨੇ ਇਸ ਨਾਲ ਇਤਫਾਕ ਰੱਖਦੇ ਹੋ ਦੇਖੋ ਪਤਾ ਕੀ ਗੱਲ ਹੈ ਜੂਨ 2015 ਦੇ ਵਿੱਚ ਬੁਰਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਹੈ ਚੋਰੀ ਹੁੰਦੀ ਹੈ ਉਸ ਤੋਂ ਬਾਅਦ ਸਪਤੰਬਰ ਦੇ ਵਿੱਚ ਪੋਸਟਰ ਲੱਗ ਜਾਂਦੇ ਹੈਗੇ ਬਈ ਅਸੀਂ ਤੁਹਾਡਾ ਜਿਹੜਾ ਪਿਓ ਆ ਉਹ ਚੁੱਕ ਲਿਆ ਹੁਣ ਅਸੀਂ ਇਹ ਰੋਲਾਂਗੇ ਇਹਦਾ ਮਤਲਬ ਉਹ ਜਸਟੀਫਾਈ ਹੋ ਗਿਆ ਸੀ ਵੀ ਕਿਹਨੇ ਇਹ ਕੰਮ ਕੀਤਾ ਕਦੋਂ ਹੋਇਆ 15 ਤਰੀਕ ਨੂੰ ਇਹ ਅਕਰੰਸ ਹੁੰਦੀ ਹੈ ਜਿੱਥੋਂ ਤੱਕ ਗੱਲ ਇਹ ਆਉਂਦੀ ਹੈ ਔਰ ਉਦੋਂ ਪਹਿਲਾਂ ਮਾਫ਼ੀ ਵੀ ਦਿੱਤੀ ਜਾਂਦੀ ਹੈ ਸਾਰਾ ਕੁਝ ਜੁੜ ਰਿਹਾ ਹੈਗਾ ਸਭ ਤੋਂ ਵੱਡੀ ਗੱਲ ਇਹ ਹੈ ਬਰਾੜ ਸਾਹਿਬ ਨੇ ਗੱਲ ਕੀਤੀ ਠੀਕ ਆ ਬਈ ਅਸੀਂ ਬਿਜਲੀ ਦਿੱਤੀ ਉਹ ਦਿੱਤੀ ਸਭ ਤੋਂ ਪ੍ਰਾਇਮਰੀ ਗੱਲ ਹੁੰਦੀ ਹੈ ਸਰਕਾਰਾਂ ਨੇ ਜੇ 5 ਵਾਰ ਮੁੱਖ ਮੰਤਰੀ ਰਹੇ ਆ ਸੋਰਸ ਆਫ ਇਨਕਮ ਜ਼ਿਮੀਂਦਾਰਾਂ ਦੇ ਵਧਾਉਣੇ ਚਾਹੀਦੇ ਆ ਰੁਜ਼ਗਾਰ ਪੈਦਾ ਕਰਨਾ ਤੁਸੀਂ ਡਿਬੇਟ ਪਾਸੇ ਕਰ ਰਹੇ ਵੀ ਇਸ ਡਿਬੇਟ ਤੇ ਰਹੋ ਸਹੀ ਕਰ ਰਹੇ ਚਲੋ ਨਹੀਂ ਬਰਾੜ ਸਾਹਿਬ ਠੀਕ ਹੈ ਠੀਕ ਹੈ ਡਿਬੇਟ ਤੇ ਰਹੋ ਨਹੀਂ ਇਹ ਤਾਂ ਨਾ ਕਰਿਆ ਕਰੋ ਨਹੀਂ ਇਹ ਪਾਸੇ ਲੈ ਕੇ ਗਏ ਹੁਣ ਜਿੱਥੋਂ ਤੱਕ ਗੱਲ ਹੈ ਤਿੰਨੇ ਕੜੀਆਂ ਜੁੜਦੀਆਂ ਪੋਸਟਰ ਲੱਗਣੇ ਔਰ ਗੁਰੂ ਗ੍ਰੰਥ ਸਾਹਿਬ ਦੀ ਕਿਹਾ ਇਹਨੂੰ ਰੋਲਾਂਗੇ ਅਸੀਂ ਇਹਦੀ ਸਾਰੇ ਸਿਸਟਮ ਦੀ ਨਾ ਤਾਂ ਸਾਇੰਟੀਫਿਕਲੀ ਔਰ ਵਿਦ ਫੋਰੈਂਸਿਕ ਅਪਰੇਟਸ ਮੈਂ ਕਹਿੰਦਾ ਕਿਤੇ ਜਾਂਚ ਨਹੀਂ ਹੋਏਗੀ ਹਜੇ ਤਾਂ 2 ਸਾਲ ਇਹ ਪਹਿਲਾਂ ਸਰਕਾਰ ਪਿਛਲੀ ਹੰਡ ਗਈ ਹੁਣ 2 ਸਾਲ ਫੇਰ ਹੋ ਗਏ ਇਹ ਅਜੇ ਤੱਕ ਸਾਰਾ ਕੁਛ ਜਦੋਂ ਇਹ ਮਤਲਬ ਕਿ ਕਹੀ ਤਾਂ ਜਾਂਦੇ ਵੀ ਇਹਨੂੰ ਰਾਜਨੀਤਿਕ ਤੌਰ ਤੇ ਨਹੀਂ ਵਰਤਣਾ ਰਾਜਨੀਤਿਕ ਤੌਰ ਤੇ ਨਹੀਂ ਵਰਤਣਾ ਪਰ ਟੋਟਲੀ ਇਹ ਤੁਹਾਨੂੰ ਇਹ ਲੱਗਦਾ ਕਿ ਜਿਹੜੀ ਜਾਂਚ ਹੁਣ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਪੋਲੀਟੀਕਲ ਮਾਇਲੇ ਲਿੱਤਾ ਜਾ ਰਿਹਾ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਯੈਸ ਪੱਕਾ
ਔਰ ਉਸ ਤੋਂ ਬੇਅਦਬੀ ਤੋਂ ਬਾਅਦ ਜਿਹੜੇ ਪ੍ਰਦਰਸ਼ਨ ਹੋਏ ਨੇ ਔਰ ਜਿਹੜੇ ਪੰਜਾਬ ਦੇ ਲੋਕਾਂ ਨੇ ਖਿਲਾਫਤ ਕੀਤੀ ਹੈ ਵਾਹਿਗੁਰੂ ਘਰ ਦੇ ਲੋਕਾਂ ਦੇ ਉੱਤੇ ਗੋਲੀਆਂ ਚੱਲੀਆਂ ਇਹ ਗੁਰਦਾਰਾ ਸਾਹਿਬ ਨੇ ਵੀ ਕਹੀ ਕਿ ਜੀ ਉਹੀ ਜੱਜ ਸੀਗੇ ਜਿਨ੍ਹਾਂ ਨੂੰ ਕਮਿਸ਼ਨ ਦਾ ਹੁਣ ਬਣਾਇਆ ਗਿਆ ਲੇਕਿਨ ਗੱਲ ਇਹ ਹੈ ਕਿ ਜੋਰਾ ਸਿੰਘ ਰਿਪੋਰਟ ਅਤੇ ਰਣਜੀਤ ਸਿੰਘ ਰਿਪੋਰਟ ਦੋਨਾਂ ਦੀ ਫਾਈਂਡਿੰਗ ਸਾਰੇ ਪੈਨਲਿਸਟ ਇੱਕੋ ਗੱਲ ਕਰ ਰਹੇ ਹੈ ਕਿ ਉਹ ਸੇਮ ਨੇ ਲੇਕਿਨ ਉਹ ਪਹਿਲੀ ਰਿਪੋਰਟ ਜਨਤਕ ਨਹੀਂ ਹੋਈ ਬਰਾੜ ਸਾਹਿਬ ਹੁਣ ਬਾਰ ਬਾਰ ਇਹ ਗੱਲ ਤਾਂ ਕਹਿ ਰਹੇ ਨੇ ਜਿੰਨੀ ਫਾਈਂਡਿੰਗ ਅਸੀਂ ਹੋਈ ਸੀ ਮੇਰੀ ਅਸੀਂ ਤਾਂ ਦੋਹੇ ਰਿਪੋਰਟਾਂ ਨੂੰ ਮੰਨਦੇ ਨਹੀਂ ਇਹ ਮੰਨਦੇ ਸੀ ਫਿਰ ਨਵਾਂ ਕਮਿਸ਼ਨ ਕਿਉਂ ਬਣਾਇਆ ਤੁਸੀਂ ਅਸੀਂ ਮੇਰੇ ਸਵਾਲ ਦਾ ਜਵਾਬ ਕੁਮਰ ਸਿੰਘ ਠੌਰ ਨਹੀਂ ਇਹ ਜਨਤਾ ਦਾ ਪੈਸਾ ਹੈ ਤੁਸੀਂ ਜਿੰਨਾ ਮਰਜ਼ੀ ਕਮਿਸ਼ਨ ਬਣਾਈ ਜਾਓਗੇ ਕੁਮਰ ਸਿੰਘ ਠੌਰ ਉਸ ਕਮਿਸ਼ਨ ਦੀ ਰਿਪੋਰਟ ਨੂੰ ਜੇ ਤੁਸੀਂ ਮੰਨਦੇ ਸੀ ਫਿਰ ਅਗਲਾ ਕਮਿਸ਼ਨ ਬਣਾਉਣ ਦੀ ਲੋੜ ਕਿਉਂ ਪਈ ਦੇਖੋ ਸਾਨੂੰ ਇਹ ਲੱਗਿਆ ਕਿ ਉਹ ਜਿਹੜੀ ਰਿਪੋਰਟ ਸੀ ਉਹ ਕੁਛ ਨਾ ਕੁਛ ਰਿਪੋਰਟ ਕਿ ਉਹ ਜਨਤਕ ਹੋਈ ਨਹੀਂ ਉਹ ਟੈਂਪਰਡ ਹੋਈ ਹੈ ਰਿਪੋਰਟ ਇਸ ਵਾਸਤੇ ਰਿਪੋਰਟ ਦੁਆਰਾ ਬਣਾਏਗੀ ਰਿਪੋਰਟ ਦੀ ਸਿਫਾਰਸ਼ਾਂ ਦੇ ਉੱਤੇ ਐਸ ਆਈ ਟੀ ਬਣੇਗੀ ਔਰ ਐਸ ਆਈ ਟੀ ਦੀ ਜਿਹੜੀ ਫਾਈਂਡਿੰਗਸ ਨੇ ਜਿਹੜੀ ਐਸ ਆਈ ਟੀ ਦੀ ਫਾਈਂਡਿੰਗਸ ਨੇ ਉਹਦੇ ਉੱਤੇ ਜਿਹੜਾ ਇਹ ਕਾਰਵਾਈ ਚੱਲ ਰਹੀ ਜਿੱਥੇ ਤੱਕ ਸੰਘਾ ਸਾਹਿਬ ਇਹ ਗੱਲ ਕਰ ਰਹੇ ਇਹੀ ਲੋਕਾਂ ਨੇ ਪ੍ਰੈਸ਼ਰ ਪਾਇਆ ਇਹ ਲੋਕ ਸ਼ਾਮਲ ਸੀਗੇ ਤਾਂ ਇਹ ਜਿਹੜੀ ਫਾਈਂਡਿੰਗਸ ਦੇ ਉੱਤੇ ਹੁਣ ਬਿਲਕੁਲ ਕੇਪੀ ਜੀ 19 ਮਈ ਨੂੰ ਵੋਟਿੰਗ ਹੈ ਪੰਜਾਬ ਵਿੱਚ ਹੁਣ ਜਿਹੜਾ ਇਹ ਸਾਰਾ ਰਿਗਮਰੋਲ ਕਿ ਪੁਲਿਸ ਅਫਸਰ ਕਹਿੰਦਾ ਸਾਨੂੰ ਧਮਕਾ ਰਹੇ ਡਰਾ ਰਹੇ ਨੇ ਉਹ ਐਸ ਆਈ ਟੀ ਦੀ ਚਲੋ ਹੁਣ ਇੱਕ ਐਮ ਐਲ ਏ ਦੀ ਐਫ ਆਈ ਆਰ ਐਂਟੀਸਪੇਟਰੀ ਬੇਲ ਦੀ ਕਰ ਰਹੇ ਹੁਣ ਜਿਹੜਾ ਬਲਾਤਕਾਰੀ ਬਾਬਾ ਉਹ ਜਿਹਨੂੰ ਬਾਬਾ ਕਹੀਏ ਬਲਾਤਕਾਰੀ ਜਿਹੜਾ ਹੈ ਉਹਨੂੰ ਬੁਲਾ ਕੇ ਕਰਕੇ ਦੇ ਉਹਨੂੰ ਬੁਲਾ ਕੇ ਪੁੱਛ ਕੇ ਦੇਖੋ ਸਰਵੇ ਸਾਹਿਬ ਤੁਸੀਂ ਕੋਰਟ ਦੀ ਕਾਰਵਾਈ ਤੇ ਸਵਾਲ ਚੁੱਕ ਰਹੇ ਹੋ ਨਹੀਂ ਨਹੀਂ ਅਸੀਂ ਕੋਰਟ ਦੀ ਨਹੀਂ ਇਹ ਤਾਂ ਫਿਰ ਤੁਸੀਂ ਲੋਕਪਾਲ ਇੱਕ ਦਿਨ ਪਹਿਲਾਂ ਕਾਨੂੰਨ ਲਾ ਗੱਲ ਹੈ ਲੋਕਪਾਲ ਤੁਸੀਂ ਕੱਲ ਕਾਨੂੰਨ ਲੈ ਕੇ ਆਏ ਆ ਸੁਪਰੀਮ ਕੋਰਟ ਦੇ ਆਰਡਰ ਤੇ ਲੈ ਕੇ ਆਏ ਨਾ ਡੰਡੇ ਤੇ ਹਾਂ ਜੀ ਬਰਾੜ ਬੜਾ ਬੜਾ ਲਾਸਟ ਕਮੈਂਟ ਲੋਕ ਪਲੀਜ਼ 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 ਲਾਸਟ ਕਮੈਂਟ ਚਾਹੀਏ ਮੇਰੀ ਬੇਨਤੀ ਇਹ ਹੈਗੀ ਹੈ ਕਿ ਜਦੋਂ ਕਹਿੰਦੇ ਆ ਗੁਰੂ ਘਰ ਦੀ ਭੀੜ ਉੱਥੋਂ ਗੁੰਮ ਹੋਈ ਹੈ 5-6 ਪਿੰਡਾਂ ਦੇ ਘਰ ਘਰ ਦੀ ਤਲਾਸ਼ੀ ਲਈ ਗਈ ਛੱਪੜ ਤਾਂ ਖਾਲੀ ਕਰਾਏ ਗਏ 6-7 ਹਜ਼ਾਰ ਬੰਦੇ ਦੇ ਫਿੰਗਰਪ੍ਰਿੰਟ ਲਏ ਗਏ ਜੋ ਕਰ ਸਕਦੇ ਸੀ ਕੀਤਾ ਪਰ ਮੈਂ ਨਾ ਵੀ ਇਹ ਜੋ ਉਹ ਬਹੁਤ ਨਹੀਂ ਸੀਗਾ ਪਰ ਇਹ ਕਹਿ ਲੈਣਾ ਵੀ ਉਹਨਾਂ ਨੇ ਕੀਤਾ ਸੀ ਹੁਣ ਪਰਚੇ ਕਿਹਨੇ ਲਾਏ ਸੀ ਕੁਛ ਕਿਸੇ ਇਹ ਤਾਂ ਬਾਅਦ ਹੋਈ ਤਾਂ ਹੁਣ ਗੱਲਾਂ ਕਰਦੇ ਆ ਨਾ ਇਸ ਗੱਲ ਦਾ ਇਹ ਨਹੀਂ ਸੀ ਕੋਈ ਇਲਮ ਹੁੰਦਾ ਵੀ ਕਿਹਨੇ ਕੀਤਾ ਜਾਂ ਕਿਹਦੇ ਵੱਲੋਂ ਪਰਚੇ ਲੱਗੇ ਡੇਰਾ ਮੁਖੀ ਨੂੰ ਕਲੀਨ ਚਿੱਟ ਦੇ ਰਹੇ ਹੋ ਬਰਾੜ ਸਾਹਿਬ ਕੋਈ ਕਲੀਨ ਚਿੱਟ ਨਹੀਂ ਦੇ ਰਹੇ ਮੈਂ ਤਾਂ ਜੋ ਜੇ ਕਿਸੇ ਕਿਸਮ ਦਾ ਹੱਥ ਆਉਂਦਾ ਤਾਂ ਟੰਗੇ ਜਾਣੇ ਚਾਹੀਦੇ ਆ ਮੌੜ ਕਾਂਡ ਵੀ ਜਾਂਚ ਹੋਣੀ ਚਾਹੀਦੀ ਹੈ ਇਹਦੀ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਲਾਸਟ ਕਮੈਂਟ ਤੁਹਾਡੇ ਅਰਜੀਤ ਬਤਾਰਾ ਸਾਹਿਬ ਸਵਾਲ ਇਹ ਹੈਗਾ ਕਿ ਅਕਾਲੀ ਆਗੂਆਂ ਤੋਂ ਜਿਹੜੀ ਪੁੱਛਗਿੱਛ ਹੋਈ ਆ ਸਰਕਾਰ ਦੇ ਜਿਹੜੀ ਪਿਛਲੀ ਸਰਕਾਰ ਦੇ ਨੁਮਾਇੰਦੇ ਤੋਂ ਪੁੱਛਗਿੱਛ ਹੋਈ ਆ ਕਿ ਉਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਇਹ ਕੋਈ ਇਸ਼ਾਰਾ ਕਰ ਰਹੀ ਹੈ ਕਿ ਉਸ ਵੇਲੇ ਦੇ ਗ੍ਰਹਿ ਮੰਤਰੀ ਉਸ ਵੇਲੇ ਦੇ ਮੁੱਖ ਮੰਤਰੀ ਉਸ ਵੇਲੇ ਦੇ ਡੀ ਜੀ ਪੀ ਕਿ ਇਹਨਾਂ ਤੱਕ ਵੀ ਕੋਈ ਕਾਨੂੰਨ ਦਾ ਜਿਹੜਾ ਅਕੜਿੱਕੀ ਹੈ ਕੀ ਹੈ ਉਹ ਉਸ ਨੂੰ ਕਰ ਸਕਦੀ ਹੈ ਕਿ ਵੀ ਜੀ ਤੁਹਾਡੀ ਗੱਲ ਦੀ ਮੈਂ ਜਵਾਬ ਦੇਣਾ ਪਰ ਇੱਕ ਮੈਂ ਗੱਲ ਕਹਿਣਾ ਚਾਹੁੰਦਾ ਇੱਕ ਤਾਂ ਪੋਲੀਟਿਕਸ ਹੋ ਰਹੀ ਹੈ ਜੇ ਪੰਜਾਬ ਦੇ ਵਿੱਚ ਐਡੀ ਵੱਡੀ ਗੱਲ ਹੋਈ ਪੁਲਿਸ ਫਾਇਰਿੰਗ ਹੋਈ ਉਹ 'ਤੇ ਜੇ ਪੋਲੀਟਿਕਸ ਨਹੀਂ ਹੋਣੀ ਤਾਂ ਫਿਰ ਪੰਜਾਬ ਦੇ ਵਿੱਚ ਪੋਲੀਟਿਕਸ ਹੋਣੀ ਕਾਹਦੀ ਹੈ ਹਾਂ ਚੋਣਾਂ ਦੇ ਵਿੱਚ ਫਾਇਦਾ ਲੈਣ ਦੀ ਪੋਲੀਟਿਕਿੰਗ ਨਹੀਂ ਹੋਣੀ ਚਾਹੀਦੀ ਦੈਟ ਇਜ਼ ਮੋਰ ਇੰਪੋਰਟੈਂਟ ਨੰਬਰ 1 ਪੋਲੀਟਿਕਸ ਤਾਂ ਪੰਜਾਬ ਦੇ ਵਿੱਚ ਫਾਇਰ ਪੁਲਿਸ ਫਾਇਰਿੰਗ ਅਤੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਮੁੰਡਿਆਂ ਦੀ ਜੇ ਪੋਲੀਟਿਕਸ ਨਹੀਂ ਹੋਣੀ ਜਿੱਥੇ ਇੱਕ ਸਰਕਾਰ ਨੇ ਸੈਂਕੜੇ ਮੁੰਡੇ ਮਾਰਤੇ ਜਿਹੜੇ ਹਾਲੇ ਤੱਕ ਲੱਭੇ ਨਹੀਂ ਜਿਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਭਿਆ ਕਿੰਨੇ ਹਜ਼ਾਰਾਂ ਮਾਰਤੇ ਐਨਕਾਊਂਟਰ ਕਰ ਕਰਕੇ ਜੇ ਉਹ ਪੋਲੀਟਿਕਸ ਨਹੀਂ ਹੋਣੀ ਤਾਂ ਪੰਜਾਬ 'ਚ ਕਾਹਦੀ ਪੋਲੀਟਿਕਸ ਹੋਣੀ ਫਿਰ ਇੱਕ ਗੱਲ ਦੂਜੀ ਗੱਲ ਜਿਹੜਾ ਗੁਰਮੀਤ ਸਿੰਘ ਰਾਮ ਰਹੀਮ ਗੁਰਮੀਤ ਸਿੰਘ ਬਲਾਤਕਾਰੀ ਬਾਬਾ ਤੁਸੀਂ ਇਹ ਵੀ ਯਾਦ ਕਰੋ ਹਰਿਆਣੇ ਦੇ ਵਿੱਚ ਚੋਣ ਹੋਏ ਪਿਛਲੇ ਵਿਧਾਨ ਸਭਾ ਦੇ ਬੀ ਜੇ ਪੀ ਦਾ ਅਧਿਕਸ਼ ਅਮਿਤ ਸ਼ਾਹ ਉਹਨੂੰ ਮਿਲ ਕੇ ਸਮਰਥਨ ਲੈਂਦਾ ਉਹ ਸਾਰੇ ਦੋਸ਼ ਉਹਦੇ ਉੱਤੇ ਸੀ ਉਦੋਂ ਬਲਾਤਕਾਰ ਦੇ ਆਰੋਪ ਸੀ ਸਾਰਾ ਕੁਛ ਸੀ ਬੜੇ ਆਰਾਮ ਨਾਲ ਉਹਨੂੰ ਸਪੋਰਟ ਲਿੱਤੀ ਜਾਂਦੀ ਹੈ ਦਿੱਤੀ ਜਾਂਦੀ ਹੈ ਇਹ ਖੇਲ ਵੀ ਨਾਲ ਹੋ ਰਹੇ ਸੀ ਇਸ ਕਰਕੇ ਸਾਰੀ ਗੱਲਾਂ ਨੂੰ ਜੇ ਤੁਸੀਂ ਵੇਖੋ ਤਾਂ ਪੁਲਿਸ ਜੇ ਓਬਜੈਕਟਿਵਿਟੀ ਨਾਲ ਗੱਲ ਕਰੇ ਤਾਂ ਹੋਣਾ ਕੀ ਚਾਹੀਦਾ ਜਿੱਦਣ ਕੋਈ ਵਾਰੰਟ ਇਸ਼ੂ ਕਰ ਦੇਣ ਜਿੱਦਣ ਬੁਲਾ ਲਿਆ ਉੱਦਣ ਦੋਸ਼ੀ ਨਾ ਮੰਨਿਆ ਜਾਵੇ ਜਿਵੇਂ ਕੋਰਟ ਦੀ ਪ੍ਰਕਿਰਿਆ ਹੁੰਦੀ ਹੈ ਉਸੇ ਤਰ੍ਹਾਂ ਜੋ ਐਵੀਡੈਂਸ ਆਵੇ ਉਹਦੀ ਕੋਖ ਕੀਤੀ ਜਾਵੇ ਉਹਦੀ ਪਰਖ ਕੀਤੀ ਜਾਵੇ ਜੇ ਕੋਈ ਉਸ ਐਵੀਡੈਂਸ ਤੋਂ ਲੱਗਦਾ ਹੈ ਕਿ ਆਹ ਐਵੀਡੈਂਸ ਆਈ ਹੈ ਆਹ ਬਿਲਕੁਲ ਸੱਚੀ ਗੱਲ ਹੈ ਉਹ ਡੇਰੇ ਦੇ ਖਿਲਾਫ਼ ਹੋਵੇ ਜੇ ਡੇਰੇ ਦੇ ਖਿਲਾਫ਼ ਵੀ ਕੋਈ ਜਾਂਚ ਨਾ ਨਿਕਲੇ ਇਹਦਾ ਮਤਲਬ ਨਹੀਂ ਫਿਰ ਵੀ ਉਹਨੂੰ ਠੋਕ ਦਿਓ ਜਿਹੜੇ ਤੁਸੀਂ ਕਹਿ ਇਹਨਾਂ ਨੇ ਕਿਹਾ 2 ਸਾਲ ਹੋ ਗਏ ਮੈਂ ਨਹੀਂ ਕਹਿੰਦਾ 2 ਸਾਲ ਹੋ ਗਏ ਕਿਸੇ ਵੀ ਸਰਕਾਰ ਨੇ
ਇਹਨਾਂ ਦਾ ਦੋਸ਼ ਇਹ ਬਣਦਾ ਮੇਰੀ ਨਜ਼ਰ 'ਚ ਅਕਾਲੀ ਦਲ ਦਾ ਕਿ 2 ਸਾਲ ਦੇ ਵਿੱਚ ਉਹਨਾਂ ਨੇ ਜਾਂਚ ਨੂੰ ਅੱਗੇ ਕਿੱਥੇ ਵਧਾਇਆ। ਪਰ ਬਿਨਾਂ ਜਾਂਚ ਤੋਂ, ਚਾਹੇ ਕੋਈ ਡੇਰੇ ਮੁਖੀ ਹੋਵੇ ਚਾਹੇ ਕੋਈ ਹੋਰ ਹੋਵੇ ਚਾਹੇ ਕੋਈ ਹੋਰ ਹੋਵੇ, ਬਿਨਾਂ ਜਾਂਚ ਤੋਂ ਅਤੇ ਬਿਨਾਂ ਐਵੀਡੈਂਸ ਤੋਂ ਜਿੱਦਣ ਪੁਲਿਸ ਲੋਕਾਂ ਨੂੰ ਅੰਦਰ ਕਰਨ ਲੱਗ ਗਈ ਉਹ ਜ਼ਿਆਦਾ ਖਤਰਨਾਕ ਵੇਲਾ ਹੋਏਗਾ। ਪੰਜਾਬ ਦੇ ਵਿੱਚ ਸਰਕਾਰ ਨੇ ਕੀਤਾ, ਪੰਜਾਬ ਦੇ ਇੱਕ ਦੌਰ ਦੇ ਵਿੱਚ ਹਜ਼ਾਰਾਂ ਹਜ਼ਾਰ ਯੁਵਾਓਂ ਨੂੰ ਮਾਰ ਵੀ ਦਿੱਤਾ, ਝੂਠੇ ਕੇਸਾਂ 'ਚ ਫਸਾਇਆ। ਇਸ ਕਰਕੇ ਉਹ ਵੀ ਸਾਨੂੰ ਸਾਵਧਾਨ ਰੱਖਣ ਦੀ ਲੋੜ ਹੈ। ਕਈ ਵਾਰ ਇੱਕ ਦੌਰ ਹੁੰਦਾ ਜਦੋਂ ਅਸੀਂ ਦੂਜੇ ਦੇ ਖਿਲਾਫ਼ ਹੁੰਦੇ ਹਾਂ, ਅਸੀਂ ਕਹਿੰਦੇ ਹਾਂ ਪੁਲਿਸ ਨੂੰ ਸਾਰੇ ਅਧਿਕਾਰ ਦੇ ਦਿਓ, ਬਸ ਸਾਡੀ ਆਰੋਪ ਲੱਗ ਗਿਆ ਚੁੱਕੋ ਅਤੇ ਅੰਦਰ ਕਰ ਦਿਓ, ਉਹ ਜ਼ਿਆਦਾ ਖਤਰਨਾਕ ਸਥਿਤੀ ਹੋਏਗੀ। ਐਵੀਡੈਂਸ ਟਾਈਮ ਫਰੇਮ ਦੇ ਵਿੱਚ ਹੋਵੇ, ਲਿਮਿਟ ਲਗਾਤਾਰ ਇੱਕ ਸਮੇਂ ਦੇ ਵਿੱਚ ਹੋਵੇ, ਉਹਦੀ ਟਾਈਮ ਤੈਅ ਹੋਵੇ ਇੰਨੀ ਦੇਰ 'ਚ ਹੋ ਜਾਏਗੀ, ਅਤੇ ਐਵੀਡੈਂਸ ਆਉਣ ਤੋਂ ਬਾਅਦ ਹੀ ਕਾਨੂੰਨੀ ਪ੍ਰਕਿਰਿਆ ਅੱਗੇ ਚੱਲੇ। ਅਤੇ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਵੀ ਜਦੋਂ ਤੱਕ ਐਵੀਡੈਂਸ ਨਹੀਂ ਆ ਜਾਂਦਾ, ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ, ਉਦੋਂ ਪ੍ਰਜੰਪਸ਼ਨ ਦੇ ਉੱਤੇ ਕਿਸੇ ਨੂੰ ਦੋਸ਼ੀ ਠਹਿਰਾਉਣਾ, ਉਹ ਵੀ ਇਸ ਨਿਆਇਕ ਪ੍ਰਕਿਰਿਆ ਅਤੇ ਸਾਡੀ ਪੋਲੀਟਿਕਸ ਦਾ ਸਭ ਤੋਂ ਖਤਰਨਾਕ ਹਿੱਸਾ ਹੈ। ਇਸ ਕਰਕੇ ਉਹਦੀ ਇੰਤਜ਼ਾਰ ਕਰਨੀ ਚਾਹੀਦੀ ਹੈ, ਉਹਦੀ ਪਰਖ ਵੀ ਕਰਨੀ ਚਾਹੀਦੀ ਹੈ। ਚੰਜੀ ਬਰਾੜ, ਲਾਸਟ ਕਮੈਂਟ, ਮੈਂ ਚਰਚਾ ਸਮਾਪਤ ਕਰਦੀ ਹਾਂ। ਅਕਾਲੀ ਦਲ ਨੂੰ ਕਿਸ ਚੀਜ਼ ਤੋਂ ਡਰ ਲੱਗਦਾ ਪਿਆ? ਮੈਂ ਇੱਕ ਬੇਨਤੀ ਕਰਦੇ ਹਾਂ, ਡਰ ਸਾਨੂੰ ਇਹ ਲੱਗਦਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੈ ਇਸ ਸਰਕਾਰ 'ਚ ਵੀ 82 ਵਾਰੀ ਹੋ ਗਈ ਹੈ। ਉਸ ਗੱਲ 'ਤੇ ਨਾ ਸਰਕਾਰ ਨਾ ਸਾਰੇ ਉਸ ਗੱਲ 'ਤੇ ਸੰਜੀਦਾ ਨਹੀਂ ਹੈ ਕਿ ਸਾਨੂੰ ਉਹ ਫਿਕਰ ਕਰਨਾ ਚਾਹੀਦਾ। ਇੱਕ ਉਸ ਪਾਸੇ ਕੋਈ ਨਹੀਂ ਹੈ, ਇਕੱਲੀ ਪੋਲੀਟਿਕਸ ਕਰ ਰਹੇ ਹੈ ਔਰ ਸਾਡੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ। ਔਰ ਖਾਸ ਕਰਕੇ ਜੇ ਤਾਂ ਦੁੱਧ ਆ ਦੁੱਧ ਪਾਣੀ ਤੋਂ ਪਾਣੀ ਕਰਾਉਣਾ ਤਾਂ ਸਰਕਾਰ ਨੇ ਆਪਦੇ 'ਤੇ ਉਂਗਲਾਂ ਨਹੀਂ ਠਾਉਣੀਆਂ। ਮਾਣਯੋਗ ਹਾਈਕੋਰਟ ਦੇ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਤੋਂ ਇਹਦੀ ਜਾਂਚ ਕਰਾਉਣ, ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਇੱਕ ਮੰਤਰੀ ਸਾਬਕਾ ਮੁੱਖ ਮੰਤਰੀ ਇਹਨਾਂ ਦੀ ਗ੍ਰਿਫਤਾਰੀ ਦਾ ਡਰ ਤਾਂ ਨਹੀਂ ਲੱਗਦਾ ਪਿਆ? ਨਹੀਂ, ਕੋਈ ਡਰ ਨਹੀਂ ਸਾਨੂੰ ਕਿਸੇ ਗੱਲ ਦੀ, ਕੋਈ ਡਰ ਨਹੀਂ। ਪਰਮਾਤਮਾ ਸਭ ਕੁਝ ਜਾਣਦਾ ਔਰ ਗੁਰੂ ਸਾਹਿਬ 'ਚ ਸਾਨੂੰ ਭਰੋਸਾ, ਜੋ ਹੋਊਗਾ ਠੀਕ ਹੋਊਗਾ। SIT ਦੇ ਸਾਹਮਣੇ ਪੇਸ਼ ਹੋ ਚੁੱਕੇ ਨੇ, ਬਿਆਨ ਇਹਨਾਂ ਦੇ ਹੋ ਚੁੱਕੇ ਆ, ਹੁਣ ਗ੍ਰਿਫਤਾਰੀਆਂ ਹੋਣੀਆਂ ਨੇ ਇਸ ਹਫ਼ਤੇ ਹੋ ਜਾਣ। ਮਤਲਬ ਜੇ SIT ਦੇ ਸਾਹਮਣੇ ਪੇਸ਼ ਹੋ ਜਾਣਗੇ ਦੋਸ਼ੀ ਹੋ ਗਏ? ਦੋਸ਼ੀ ਹੋ ਗਏ ਅਸੀਂ, ਦੇਖਿਓ ਮੈਂ ਉਹੀ ਗੱਲ ਕਰ ਰਿਹਾ ਹਾਂ। ਇਸ ਗੱਲ ਦੇ ਉੱਤੇ ਕੋਈ ਦੇਖੋ ਨਹੀਂ, ਇਹ ਤੁਹਾਡੇ ਕੋਲ ਕੋਈ ਫੈਕਟ ਹੈ ਜਾਂ ਪੋਲੀਟੀਕਲ ਟੂਲ ਵਰਤ ਰਹੇ ਹੋ? ਇਹ ਹੁਣ ਇਹ ਸਰਕਾਰ ਦੀ ਨਵੀਂ ਮੀਟਿੰਗ ਹੈਗੀ ਹੈ, ਇਹ ਸਰਕਾਰ ਦੀ ਨਵੀਂ ਮੀਟਿੰਗ ਹੈ। ਚਲੋ ਪੰਜਾਬ ਦੇ ਲੋਕ ਇਸ, ਚਲੋ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਕਨਾਸੇ ਵੀਰ ਤੁਹਾਡਾ, ਚੰਜੀ ਬਰਾੜ ਤੁਹਾਡਾ, ਸੁਨਵਾਰੀਆ ਸਾਹਿਬ ਤੁਹਾਡਾ, ਕੁਮਰੋ ਸਿੰਘ ਰਿਛੋੜ ਤੁਹਾਡਾ, ਨਵਦੀਪ ਸਿੰਘ ਤੁਹਾਡਾ, ਰਜੀਵ ਤਾਰਾ ਤੁਹਾਡਾ। ਅਸੀਂ ਕੋਸ਼ਿਸ਼ ਕੀਤੀ ਹੈ ਸੰਜੀਦਾ ਚਰਚਾ ਹੋਵੇ, ਪਰ ਇਸ ਸੰਜੀਦਾ ਚਰਚਾ ਦੇ ਵਿੱਚ ਸਿਆਸਤ ਆਪਣੇ ਆਪਣੇ ਤੀਰ ਛੱਡਦੀ ਹੈਗੀ ਹੈ। ਹੁਣ ਪਤਾ ਨਹੀਂ ਕਿਹਦੀ ਗ੍ਰਿਫਤਾਰੀ ਹੋਣੀ ਹੈ, ਪਤਾ ਨਹੀਂ ਚੋਣਾਂ ਤੋਂ ਬਾਅਦ ਹੋਣੀ ਹੈ ਜਾਂ ਚੋਣਾਂ ਤੋਂ ਪਹਿਲਾਂ ਹੋਣੀ ਹੈ, ਜਾਂ ਚੋਣਾਂ ਦੇ ਵਿੱਚ ਇਹ ਮੁੱਦਾ ਪਕਾ ਕੇ ਰੱਖਣਾ ਹੈਗਾ। ਬਹੁਤ ਸਾਰੇ ਸਵਾਲ ਹੈਗੇ ਆ, ਇਹਨਾਂ ਸਵਾਲਾਂ ਦਾ ਜਵਾਬ ਅੱਜ ਨਹੀਂ ਮਿਲੇਗਾ, ਕਿਉਂਕਿ ਸਰਕਾਰਾਂ ਪਹਿਲਾਂ ਵੀ ਕੰਮ ਕਰਦੀਆਂ ਰਹੀਆਂ, ਹੁਣ ਵੀ ਕੰਮ ਕਰ ਰਹੀ ਹੈ। ਪਹਿਲਾਂ ਸਰਕਾਰ ਕਹਿੰਦੀ ਸੀਗੀ ਅਸੀਂ ਸਭ ਕੁਝ ਫੈਸਲਾ ਕਰਕੇ ਦੇਵਾਂਗੇ, ਨਤੀਜੇ ਤੱਕ ਜਾਂਚ ਲੈ ਕੇ ਜਾਵਾਂਗੇ, ਹੁਣ ਵਾਲੀ ਸਰਕਾਰ ਵੀ ਕਹਿੰਦੀ ਹੈਗੀ ਹੈ ਸਾਡੇ ਕੋਲ ਤਾਂ ਸਿਰਫ ਇੰਤਜ਼ਾਰ ਹੈਗਾ, ਅਤੇ ਤੁਹਾਨੂੰ ਵੀ ਅਸੀਂ ਇੰਤਜ਼ਾਰ ਦੇ ਰਹੇ ਹਾਂ। ਬਹੁਤ ਧੰਨਵਾਦ।